ਹਾਲ ਚਾਲ ਨੇ? ਠੀਕ ਹੈ ਕਾਕਾ, ਠੀਕ। ਬਾਊ ਜੀ, ਗੱਲ ਦੱਸਿਓ, ਉਹਨੇ ਤੁਸੀਂ ਇਹ ਕਿਤਾਬ ਕਿਉਂ ਲਿਖੀ ਅਤੇ ਕੀ ਤੋਂ ਇੰਸਪਾਇਰ ਹੋ ਕੇ ਲਿਖੀ? ਇਹ ਕਹਾਣੀ ਕੋਈ ਨਵੀਂ ਨਹੀਂ, ਇੱਕ ਬੱਚੇ ਨੇ ਲੇਕਿਨ ਮੈਨੂੰ ਇਹ ਫੇਰ ਦਿਖਾਈ। ਉਹ ਬੱਚਾ ਜਿਹੜਾ ਇੱਕ ਐਸੀ ਸੜਕ 'ਤੇ ਖੜ੍ਹਾ ਸੀ ਜਿੱਥੇ ਆਉਂਦੇ ਜਾਂਦੇ ਲੋਕਾਂ ਦੀਆਂ ਜੇਬਾਂ 'ਚ ਲੱਖਾਂ ਰੁਪਇਆ ਸੀ, ਅਤੇ ਉਹਦੀ ਰੇਹੜੀ ਦੇ ਉੱਤੇ 200 ਰੁਪਏ ਦੀ ਸ਼ਕਲ ਦਿੰਦੀ ਸੀ ਜਾਂ 1000 ਦੀ, ਅਤੇ ਉਹਦੀ ਜੇਬ 'ਚ 4 ਆਨੇ ਸੀ। ਇਹ ਕਹਾਣੀ ਕੋਈ ਨਵੀਂ ਨਹੀਂ, ਇਹ ਬੜੀ ਵਾਰੀ ਲਿਖੀ ਗਈ ਅਤੇ ਬੜੀ ਦਫ਼ਾ ਥਾਂ ਥਾਂ 'ਤੇ ਵੇਖਣ ਵਾਲਿਆਂ ਨੇ ਵੇਖੀ। ਜਦੋਂ ਦੀ ਇਹ ਦੁਨੀਆ ਬਣੀ ਹੈ, ਕਿਸੇ ਨਾ ਕਿਸੇ ਰੂਪ ਵਿੱਚ ਇਸ ਕਹਾਣੀ ਦੇ ਕਿਰਦਾਰ ਮੁਹੱਬਤ ਅਤੇ ਨਫ਼ਰਤ, ਕਰਮ ਅਤੇ ਜ਼ੁਲਮ ਕਮਾਈ ਜਾਂਦੇ ਅਤੇ ਇਹ ਨਾਟਕ ਚੱਲਿਆ ਜਾਂਦਾ। ਸਾਨੂੰ ਹਰ ਰੋਜ਼ ਇਹ ਕਹਾਣੀ ਦੇ ਕਿਰਦਾਰਾਂ ਨਾਲ ਵਾਹ ਪੈਂਦਾ, ਉਹ ਕਿਰਦਾਰ ਸਾਨੂੰ ਨਜ਼ਰ ਆਉਂਦੇ ਨੇ, ਬੜੀ ਵਾਰੀ ਅਸੀਂ ਆਪ ਉਹਨਾਂ ਕਿਰਦਾਰਾਂ ਵਿੱਚੋਂ ਇੱਕ ਕਿਰਦਾਰ ਬਣ ਜਾਂਦੇ ਹਾਂ। ਦੁਨੀਆ ਇੱਕ ਨਾਟਕ ਹੈ, ਇਸ ਨਾਟਕ ਦੇ ਸਟੇਜ 'ਤੇ ਜੋ ਵੀ ਆਇਆ ਉਹਨੇ ਆਪਣਾ ਕੰਮ ਨਿਭਾ ਕੇ ਅਤੇ ਆਪਣੇ ਬੋਲ ਬੋਲ ਕੇ ਚੱਲਿਆਂ 'ਤੇ ਜਾਣਾ, ਪਰ ਉਹਨਾਂ ਬੋਲਾਂ ਦੀ ਗੂੰਜ ਰਹਿ ਜਾਣੀ, ਉਹਨਾਂ ਕੰਮਾਂ ਦਾ ਅਸਰ ਰਹਿ ਜਾਣਾ, ਅਤੇ ਆਉਣ ਵਾਲੇ ਸਮਿਆਂ ਵਿੱਚ ਜਿੰਨੇ ਵੀ ਇਸ ਦੁਨੀਆ ਦੇ ਸਟੇਜ 'ਤੇ ਆਉਣਾ, ਪਹਿਲੇ ਲੋਕਾਂ ਦੇ ਬੋਲਾਂ ਦੀ ਗੂੰਜ ਅਤੇ ਉਹਨਾਂ ਦੇ ਕੰਮਾਂ ਦੇ ਅਸਰ ਨੇ ਆਉਣ ਵਾਲਿਆਂ 'ਤੇ ਆਪਣਾ ਰੰਗ ਚੜਾ ਦੇਣਾ। ਸ਼ਕਰਗੰਦੀ ਸਾਡੇ ਅੰਦਰ ਦੇ ਇਨਸਾਨ ਦੇ ਕਰਮ ਅਤੇ ਜ਼ੁਲਮ ਅਤੇ ਮੁਹੱਬਤ ਅਤੇ ਨਫ਼ਰਤ ਦਾ ਇੱਕ ਇਸਤਾਰਾ ਹੈ। ਇਹ ਚੰਗੀ ਉਦੋਂ ਹੀ ਹੁੰਦੀ ਹੈ ਜਦੋਂ ਨਰਮ ਹੋ ਜਾਏ, ਇਹਦੀ ਸਖਤੀ ਮੁੱਕ ਜਾਏ, ਇਹ ਮਿੱਠੀ ਹੋ ਕੇ ਕਿਸੇ ਦੇ ਕੰਮ ਆਵੇ, ਭੁੱਖ ਮਿਟਾਵੇ, ਸਵਾਦ ਦੇਵੇ। ਅਸੀਂ ਦੂਜੇ ਕੋਲੋਂ ਸ਼ਕਰਗੰਦੀ ਨਰਮ ਮੰਗਦੇ ਹਾਂ, ਪਰ ਆਪਣੀ ਸ਼ਕਰਗੰਦੀ ਵੱਲ ਵੇਖਣਾ ਭੁੱਲ ਜਾਂਦੇ ਹਾਂ ਕਿ ਉਹ ਸਖਤ ਹੈ ਕਿ ਨਰਮ, ਫਿੱਕੀ ਹੈ ਕਿ ਮਿੱਠੀ। ਅਜ਼ਲਾਂ ਤੋਂ ਚੱਲਣ ਵਾਲੇ ਇਸ ਨਾਟਕ ਵਿੱਚ ਤਾਕਤਵਰ ਦੂਜੇ ਤਾਕਤਵਰਾਂ ਨਾਲ ਮਿਲ ਕੇ ਕਮਜ਼ੋਰ ਨੂੰ ਹੋਰ ਕਮਜ਼ੋਰ ਕਰਦਾ। ਤਾਕਤ ਦਾ ਹੋਣਾ ਕੋਈ ਬੁਰੀ ਗੱਲ ਨਹੀਂ, ਤਾਕਤ ਭਾਵੇਂ ਸਰਕਾਰ ਦੀ ਹੋਵੇ, ਦੌਲਤ ਦੀ ਹੋਵੇ, ਜਾਂ ਮਜ਼ਹਬ ਦੇ ਅੱਛੇ ਅਸੂਲਾਂ ਦੀ, ਇਹ ਤਾਕਤਾਂ ਚਾਹੀਦੀਆਂ, ਕਿਉਂਕਿ ਇਹ ਤਾਕਤਾਂ ਨੂੰ ਇਸਤੇਮਾਲ ਕਰਕੇ ਇਨਸਾਨ ਦੀ ਬਿਹਤਰੀ ਹੋ ਸਕਦੀ। ਮਸਲਾ ਕਾਕਾ ਉਦੋਂ ਹੁੰਦਾ ਜਦੋਂ ਇਹ ਤਾਕਤਾਂ ਵਾਲੇ ਉਹਨਾਂ ਤਾਕਤਾਂ ਨੂੰ ਆਪਣੇ ਫਾਇਦੇ ਅਤੇ ਜ਼ੁਲਮ ਲਈ ਇਸਤੇਮਾਲ ਕਰਦੇ। ਕੁਝ ਲੋਕ ਦੁਨੀਆ ਦੇ ਇਸ ਨਾਟਕ ਵਿੱਚ ਫਿਰ ਵੀ ਕੋਸ਼ਿਸ਼ ਕਰਦੇ ਰਹਿੰਦੇ ਕਿ ਤਾਕਤ ਵਾਲੇ ਤਾਕਤ ਨੂੰ ਉਸ ਕੰਮ ਲਈ ਇਸਤੇਮਾਲ ਕਰਨ ਜਿਹਦੇ ਨਾਲ ਬਿਹਤਰੀ ਹੋਵੇ, ਬਰਾਬਰੀ ਹੋਵੇ। ਉਹ ਕਮਜ਼ੋਰ ਹੋ ਕੇ ਵੀ ਹੌਸਲਾ ਨਹੀਂ ਛੱਡਦੇ, ਉਹ ਬੋਲਦੇ ਨੇ ਜ਼ੁਲਮ ਦੇ ਖਿਲਾਫ। ਸ਼ਕਰਗੰਦੀ ਵੇਚਣ ਵਾਲਾ ਵੀ ਇਹੋ ਜਿਹਾ ਇੱਕ ਕਿਰਦਾਰ ਹੈ। ਇਹੋ ਜਿਹੇ ਬੋਲਣ ਵਾਲਿਆਂ ਕੋਲੋਂ ਤਾਕਤਵਰਾਂ ਨੂੰ ਬੜਾ ਡਰ ਲੱਗਦਾ ਕਿ ਅੱਜ ਇੱਕ ਬੋਲਿਆ, ਕੱਲ੍ਹ ਦੋ ਬੋਲਣਗੇ, ਪਰਸੋਂ ਤਾਕਤ ਟੁੱਟ ਜਾਏਗੀ, ਬਾਦਸ਼ਾਹਤ ਖਤਮ ਹੋ ਜਾਏਗੀ। ਮੈਂ ਕਿਉਂ ਲਿਖੀ? ਲਿਖਾਰੀ ਦਾ ਕੰਮ ਬਸ ਇੰਨਾ ਹੀ ਹੈ ਕਿ ਉਹ ਨਾਟਕ ਅਤੇ ਇਹਦੇ ਕਿਰਦਾਰਾਂ ਵੱਲ ਪੜ੍ਹਨ ਵਾਲਿਆਂ ਦਾ ਧਿਆਨ ਕਰਾ ਦੇ। ਲਿਖਾਰੀ ਦਾ ਕੰਮ ਇਹ ਨਹੀਂ ਕਿ ਉਹ ਵੀ ਦੱਸੇ ਕਿ ਪੜ੍ਹਨ ਵਾਲਾ ਅਤੇ ਵੇਖਣ ਵਾਲਾ ਸਟੇਜ 'ਤੇ ਆ ਕੇ ਕਿਹੜਾ ਕਿਰਦਾਰ ਬਣ ਜਾਣ। ਇਹ ਸੋਚਣਾ ਅਤੇ ਆਪਣਾ ਕਿਰਦਾਰ ਕਿਵੇਂ ਨਿਭਾਉਣਾ, ਇਹ ਪੜ੍ਹਨ ਵਾਲੇ ਅਤੇ ਵੇਖਣ ਵਾਲੇ ਦਾ ਕੰਮ ਹੈ। ਦੁਨੀਆ ਹੈ ਯੇ ਦੁਨੀਆ ਹੈ, ਦੁਨੀਆ ਹੈ ਯੇ ਦੁਨੀਆ ਹੈ, ਇਸ ਦੁਨੀਆ ਕੇ ਜੰਗਲ ਮੇ, ਇਸ ਦੁਨੀਆ ਕੇ ਜੰਗਲ ਮੇ, ਇਨਸਾਨੋ ਕੀ ਬਸਤੀ ਹੈ, ਇਨਸਾਨੋ ਕੀ ਬਸਤੀ ਹੈ,
इंसानों की बस्ती में ताकत की एक वर्दी है। कानून सदा का अंधा है। है दीन के ठेकेदार यहाँ और मजहब उनका धंधा है। है मालूमता की बात यहाँ अगर पैसा है तो ताकत है। ताकत है सो इज्जत है। दुनिया की इस मंडी में घर गुर्बत है तो मंदी है। मजबूरी की चक्की में महकूम जवानी पिसती है। बेहतर है नशे में खो जाएं। सब दाग गमों के धो जाएं। है दुनिया के बहरूप यहाँ हर पेड़ तले है धूप यहाँ गो जाहिर मीठी शक्कर सी किस्मत के अंधे चक्कर सी ये दुनिया कितनी मंदी है ये दुनिया शक्कर गंदी है पर अंधेरी इस दुनिया में एक आस अभी भी बाकी है एक किरण कहीं से आएगी गंदी कंदी हो जाएगी फिर देखना कितनी मीठी है ये दुनिया शक्कर कंदी है
ਸ਼ਕਰਕੰਦੀ ਮਿੱਠੀ ਸ਼ਕਰਕੰਦੀ ਲੈ ਜੋ ਲੈ ਜੋ ਲੈ ਜੋ ਸ਼ਕਰਕੰਦੀ ਪੇਟ ਭਰਦੀ ਰਾਵਾਂ ਖੋਲਦੀ ਸ਼ਕਰਕੰਦੀ ਮਿੱਠੀ ਮਿੱਠੀ ਸ਼ਕਰਕੰਦ ਕੀ ਬਦਤਮੀਜ਼ੀ ਹੋ ਘਰ ਦੇ ਬੂਹੇ ਅੱਗੇ ਖਲੋ ਕੇ ਸੰਗ ਪਾੜ ਕੇ ਤੂੰ ਆਰਾਮ ਕਰਨ ਦੇ ਵੇਲੇ ਨੂੰ ਗਲਤ ਕਰ ਰਹੇ ਆਪਣੀ ਇਹ ਫਜ਼ੂਲ ਸ਼ਕਰਕੰਦੀ ਵੇਚਣ ਵਾਸਤੇ ਉਹ ਤੈਨੂੰ ਪਤਾ ਨਹੀਂ ਸਵੇਰ ਤੋਂ ਸ਼ਾਮ ਤੱਕ ਅਸੀਂ ਦਫ਼ਤਰਾਂ ਕੰਮ ਕਰਕੇ ਉਹਦੇ ਬਾਅਦ ਸ਼ਹਿਰ ਦੀਆਂ ਝੁੱਟੀਆਂ ਭੱਜੀਆਂ ਸੜਕਾਂ 'ਤੇ ਵੱਡੀ ਗੱਡੀ ਚਲਾ ਕੇ ਹੁਣ ਘਰ ਪਹੁੰਚੇ ਹੀ ਹਾਂ ਉਹ ਝੱਟ ਆਰਾਮ ਕਰਨ ਲਈ ਬੈਠੇ ਹੀ ਹਾਂ ਉੱਤੋਂ ਤੁਸੀਂ ਲੋਕ ਆ ਜਾਂਦੇ ਹੋ ਆਪਣੀਆਂ ਕੁਲਫੀਆਂ ਅਤੇ ਗੰਢੇਰੀਆਂ ਅਤੇ ਸ਼ਕਰਕੰਦੀਆਂ ਵੇਚਣ ਵਾਸਤੇ ਇੱਕ ਤਾਂ ਸਾਡੇ ਆਰਾਮ ਦਾ ਸਤਿਆਨਾਸ਼ ਕਰਦੇ ਹੋ ਉਹ ਦੂਜੇ ਸਾਡੇ ਬੱਚਿਆਂ ਦੀ ਸਿਹਤ ਖਰਾਬ ਕਰਦੇ ਹੋ ਉਹਨਾਂ ਨੂੰ ਇਹ ਮਿਲਾਵਟੀ ਛਾਵਾਂ ਖਵਾ ਕੇ ਉਹ ਨਿਕਲ ਜਾ ਇੱਥੋਂ ਬਾਬੂ ਜੀ ਇੱਥੋਂ ਬਾਬੂ ਜੀ ਐਂ ਨਾ ਕਰੋ ਤੁਹਾਡੀ ਇੱਜ਼ਤ ਹੈ ਬਹੁਤ ਗਰੀਬ ਆਦਮੀ ਆ ਦਰ ਦਰ ਜਾ ਕੇ ਸ਼ਕਰਕੰਦੀ ਵੇਚਣੇ ਆ ਤਾਂ ਕਿ ਬੱਚਿਆਂ ਦਾ ਪੇਟ ਭਰ ਸਕੀਏ ਤੁਸੀਂ ਵੱਡੇ ਲੋਕ ਹੋ ਤੁਸੀਂ ਬਚਪਨ ਸ਼ਾਦੀ ਹੋਣੀ ਹੈ ਤੁਸੀਂ ਤਾਂ ਕਦੇ ਬਿਮਾਰ ਨਹੀਂ ਹੋਏ ਸਾਨੂੰ ਸਾਨੂੰ ਇਸ ਗਲੀ 'ਚ ਰਹਿਣ ਦਿਓ ਅਸੀਂ ਤੁਹਾਡੇ ਬੱਚਿਆਂ ਲਈ ਲੈ ਕੇ ਆਏ ਹਾਂ ਤਾਂ ਕਿ ਵੇਚ ਕੇ ਚਾਰ ਆਨੇ ਕਮਾਈਏ ਅਤੇ ਆਪਣੇ ਬੱਚਿਆਂ ਨੂੰ ਕੁਝ ਪਾ ਸਕੀਏ ਚੱਲ ਦਫਾ ਹੋ ਜਾਏ ਜਾਂ ਕਿਸੇ ਹੋਰ ਥਾਂ ਜਾ ਕੇ ਵੇਚ ਆਪਣੀ ਗੰਦੀ ਸ਼ਕਰਕੰਦੀ ਸ਼ਕਰਕੰਦੀ ਇਬਾਦਤ ਕਰਨ ਵਾਲਿਆਂ ਨੂੰ ਸਕੂਨ ਨਾਲ ਆਪਣੇ ਉੱਤੇ ਵਾਲੇ ਨੂੰ ਯਾਦ ਹੀ ਨਹੀਂ ਕਰਨ ਦਿੰਦਾ ਇੱਕ ਤੇਰੀ ਟੇੜੀ ਜਾਂਦੀ ਆ ਤੇ ਦੂਜੀ ਆ ਜਾਂਦੀ ਹੈ ਰੌਲਾ ਪਾ ਪਾ ਕੇ ਤੁਸੀਂ ਲੋਕਾਂ ਦਾ ਸਤਿਆਨਾਸ਼ ਕੀਤਾ ਹੋਇਆ ਪਰੇਸ਼ਾਨ ਕੀਤਾ ਹੋਇਆ ਮਹੱਲੇ ਵਾਲਿਆਂ ਨੂੰ ਤੁਸੀਂ ਸਾਡੇ ਵੱਡੇ ਹੋ ਪਰਮਾਤਮਾ ਤੁਹਾਡੀ ਇੱਜ਼ਤ ਦਫਾ ਕਰੇ ਸਾਨੂੰ ਸਾਨੂੰ ਸ਼ਕਰਕੰਦੀ ਵੇਚ ਲੈਣ ਦਿਓ ਬਹੁਤ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਹੈ ਜੇ ਸ਼ਕਰਕੰਦੀ ਵੇਚਾਂਗੇ ਤਾਂ ਹੀ ਆਪਣੇ ਬੱਚਿਆਂ ਦਾ ਪੇਟ ਭਰਾਂਗੇ ਬਹੁਤ ਮੁਸ਼ਕਿਲ 'ਚ ਹੈ ਜ਼ਿੰਦਗੀ ਸਾਨੂੰ ਇਸ ਗਲੀ 'ਚ ਰਹਿਣ ਦਿਓ ਹਰ ਵੇਲੇ ਨਾ ਸ਼ੁਕਰੀ ਹਰ ਵੇਲੇ ਗਿਲੇ ਸ਼ਿਕਵੇ ਓਏ ਹੁਕਮ ਬਖਤਾ ਉੱਤੇ ਵਾਲੇ ਨੇ ਤੈਨੂੰ ਪੂਰਾ ਬਣਾ ਕੇ ਤੇ ਭੇਜਿਆ ਦੋ ਹੱਥ ਦਿੱਤੇ ਦੋ ਪੈਰ ਦਿੱਤੇ ਉਹ ਚਾਹੁੰਦਾ ਤੇ ਤੁਹਾਨੂੰ ਲੰਗੜਾ ਲੂਲਾ ਅੰਨਾ ਬਣਾ ਦਿੰਦਾ ਉਹ ਸਬਰ ਕਰਿਆ ਕਰ ਸ਼ੁਕਰ ਕਰਿਆ ਕਰ ਸਬਰ ਹੀ ਕਰੀ ਬੈਠੇ ਬਾਬਿਓ ਆ ਦੂਜਿਆਂ ਦੇ ਬੱਚੇ ਉਹ ਵੱਡੀਆਂ ਗੱਡੀਆਂ ਸਕੂਲ ਜਾਂਦੇ ਨੇ ਹੱਥਾਂ 'ਚ ਪੈਸੇ ਨੇ ਜਦੋਂ ਜੀ ਕਰਦਾ ਤਾਂ ਜੋ ਮਰਜ਼ੀ ਖਾ ਲੈਣ ਸਾਡੇ ਬੱਚਿਆਂ ਨੂੰ ਜੀ ਵੀ ਕਰਦਾ ਕਿ ਕੁਝ ਖਾਈਏ ਸਕੂਲ ਜਾਈਏ ਪਰ ਉਹਨਾਂ ਕੋਲ ਤਾਂ ਕੁਝ ਹੈ ਨਹੀਂ ਸਬਰ ਹੀ ਕਰੀ ਬੈਠੇ ਬਾਬਿਓ ਰੇਹੜੀ ਅਸਲਾ ਤੋਂ ਚੱਲੀ ਆ ਰਹੀ ਹੈ ਚੀਜ਼ ਤੇ ਅਗਦਾ ਫਿਕਰ ਚੱਲਦੀ ਰਹਿਣੀ ਹੈ ਤੂੰ ਇੰਜ ਕਰ ਤੂੰ ਮੇਰੇ ਨਾਲ ਆ ਅੰਦਰ ਇਬਾਦਤ ਦਾ ਟਾਈਮ ਹੋ ਗਿਆ ਮੇਰੇ ਨਾਲ ਬਹਿ ਕੇ ਇਬਾਦਤ ਕਰ ਉੱਤੇ ਵਾਲਿਆਂ ਨੂੰ ਯਾਦ ਕਰ ਚੱਲ ਆ ਜਾ ਮੇਰੇ ਨਾਲ ਆ ਜਾ ਸਾਵਾ ਆ ਤਾਂ ਜਾਵਾਂ ਬਾਬਿਓ ਆ ਤਾਂ ਜਾਵਾਂ ਪਰ ਉੱਪਰ ਵਾਲੇ ਬਣਾਏ ਕਿਸੇ ਬੰਦੇ ਨੇ ਮੇਰੀ ਸ਼ਕਰਕੰਦੀ ਗਾਇਬ ਕਰ ਦੇਣੀ ਮੇਰੀ ਰੇਹੜੀ ਤੋਂ ਤੁਸੀਂ ਐਂ ਕਰੋ ਅੰਦਰੋਂ ਕਿਸੇ ਬੰਦੇ ਨੂੰ ਭੇਜ ਦਿਓ ਜੋ ਮੇਰੀ ਰੇਹੜੀ ਰਖਵਾਲੀ ਕਰੇ ਅਤੇ ਮੰਦਾ ਆ ਕੇ ਇਬਾਦਤ ਕਰ ਲਵਾਂਗਾ ਮੇਰਾ ਇੰਨਾ ਕੰਮ ਜ਼ਰੂਰ ਕਰੋ ਓ ਕਾਕਾ ਆਹ ਦੁਨੀਆ ਫਾਨੀ ਹੈ ਜੇ ਤੈਨੂੰ ਉਹਨੇ ਇਹ ਦੁਨੀਆਂ 'ਚ ਕੁਝ ਨਹੀਂ ਦਿੱਤਾ ਤਾਂ ਪਰੇਸ਼ਾਨ ਨਾ ਹੋ ਸਬਰ ਸ਼ੁਕਰ ਕਰ ਛੱਡ ਇਹਨਾਂ ਚੀਜ਼ਾਂ ਨੂੰ ਉੱਪਰ ਵਾਲਾ ਤੇਰਾ ਇਮਤਿਹਾਨ ਲੈ ਰਿਹਾ ਤੇ ਗਿਲੇ ਸ਼ਿਕਵੇ ਕਰਕੇ ਇਸ ਇਮਤਿਹਾਨ ਉੱਪਰ ਹੋਰ ਮੁਸ਼ਕਲ ਨਾ ਪਾ
ਕੀ ਗਿਲੇ ਸ਼ਿਕਾਇਤ ਕਰਨੇ ਆ ਬਜ਼ੁਰਗੋ, ਅਸੀਂ ਅਸੀਂ ਤਾਂ ਵੈਸੇ ਹੀ ਉੱਪਰ ਵਾਲੇ ਨੂੰ ਬੜਾ ਪਿਆਰ ਕਰਦੇ ਹਾਂ, ਪਰ ਕਦੇ ਕਦੇ ਜੀ ਕਰਦਾ ਕਿ ਹੁਣ ਕੋਲੇ ਪਾ ਕੇ ਪੁੱਛੀਏ ਕਿ ਉਹਨੇ ਸਾਡੀ ਕਿਸਮਤ 'ਚ ਰੇੜੀ ਕਿਉਂ ਲਿਖੀ ਹੈ, ਦਰ ਦਰ ਦੇ ਧੱਕੇ ਕਿਉਂ ਲਿਖੇ ਹੈ, ਅਸੀਂ ਕਿਹੜਾ ਕਿਸੇ ਦਾ ਮਾੜਾ ਕੀਤਾ। ਪਰ ਨਹੀਂ, ਹੁਣੇ ਨਹੀਂ, ਹੁਣੇ ਤਾਂ ਸਾਡੇ ਲਈ ਗਲੀ ਬਣਾਈ ਸੀ, ਸਾਡੇ ਅੱਬੇ ਲਈ ਗਲੀ ਬਣਾਈ ਸੀ, ਪਰ ਇੱਥੇ ਤਾਂ ਰਾਹ ਰੋਕਣ ਵਾਲੇ ਬੜੇ ਨੇ, ਹਰ ਥਾਂ ਤੇ ਪੱਥਰ ਡਾਹ ਡਾਹ ਕੇ ਰਾਹ ਰੋਕਣ ਵਾਲੇ ਬੜੇ ਨੇ। ਮੇਰੇ ਦਾਦੇ ਦੀ ਮਜ਼ਦੂਰੀ ਮਾਰ ਕੇ ਮੇਰੇ ਅੱਬੇ ਦਾ ਸਕੂਲ ਦਾ ਰਾਹ ਬੰਦ ਕੀਤਾ, ਤੇ ਮੇਰੇ ਅੱਬੇ ਦੀ ਮਜ਼ਦੂਰੀ ਮਾਰ ਕੇ ਮੇਰੇ ਸਕੂਲ ਦਾ ਰਾਹ ਬੰਦ ਕਰਕੇ ਮੇਰੀ ਕਿਸਮਤ ਚਾ ਰੇੜੀ ਲੱਗਤੀ, ਤੇ ਹੁਣ ਸਕੂਲ 'ਚ ਪੜ੍ਹਾਉਣ ਦੀ ਬਜਾਏ ਵੱਡੇ ਵੱਡੇ ਟਿਊਸ਼ਨ ਸੈਂਟਰਾਂ 'ਚ ਪੜ੍ਹਾ ਕੇ ਮੇਰੇ ਬੱਚਿਆਂ ਦੇ ਸਕੂਲ ਦਾ ਰਾਹ ਬੰਦ ਕਰ ਰਹੇ ਨੇ। ਸ਼ੁਕਰ ਸਬਰ ਹੀ ਕਰੀ ਬੈਠਿਆ ਬਾਬਿਓ, ਹੁਣ ਹੁਣ ਆਵਾਜ਼ ਲਾ ਕੇ ਸ਼ਕਰ ਗੰਦੀ ਵੇਚਣਾ ਵੀ ਨਾ ਸ਼ੁਕਰੀਆ, ਤਾਂ ਰਹਿਣ ਦਿਓ ਬਾਬਿਓ। ਓ ਯਾਰ, ਤੁਹਾਡਾ ਕੁਝ ਨਹੀਂ ਬਣ ਸਕਦਾ, ਤੁਹਾਡੇ ਨਾਲ ਮੱਥਾ ਲਾਈ ਫਜ਼ੂਲ ਹੈ। ਸ਼ਕਰ ਗੰਦੀ ਮਿੱਠੀ ਸ਼ਕਰ ਗੰਦੀ ਲੈ ਲਓ, ਰਾਵਾਂ ਖੋਲਦੀ ਹੋਏ ਜਦੋਂ ਦੀ ਰੱਬ ਨੇ ਦੁਨੀਆਂ ਬਣਾਈ, ਇਹਨਾਂ ਨੇ ਦੁਨੀਆਂ ਤੇ ਆਪਣੇ ਨਾਂ ਦੀ ਫੱਟੀ ਲਾਈ। ਉਹ ਇਹਨਾਂ ਕੋਲੋਂ ਬਚ ਭਾਈ, ਇਹਨਾਂ ਕੋਲੋਂ ਬਚ। ਪਤਾ ਕਦੇ ਕਦੇ ਮੈਨੂੰ ਐਂ ਲੱਗਦਾ ਕਿ ਤੂੰ ਮੇਰਾ ਦੋਸਤ ਨੀ, ਇਹਨਾਂ ਵੱਡੇ ਘਰ ਵਾਲਿਆਂ ਦਾ ਦੋਸਤ ਹੈ। ਉਹ ਤੈਨੂੰ ਆਪਣੇ ਭਤੀਜੇ ਭਤੀਜਿਆਂ ਦੇ ਭੁੱਖ ਨੀ ਨਜ਼ਰ ਆਉਂਦੀ? ਘੱਟ ਕਰਿਆ ਕਰ ਨਸ਼ਾ, ਘੱਟ ਕਰਿਆ ਕਰ, ਨਾਲੇ ਕਿਸੇ ਦਿਨ ਆਪ ਮਰੇਗਾ, ਨਾਲੇ ਮੈਨੂੰ ਮਾਰੇਗਾ। ਓਏ, ਮੈਂ ਤੇਰੇ ਬਚਪਨ ਦਾ ਯਾਰ ਆ, ਮੈਂ ਇਹਨਾਂ ਜ਼ਾਲਮਾਂ ਕੋਲੋਂ ਕੀ ਲੈਣਾ ਓਏ। ਓਏ, ਮੈਨੂੰ ਤੇ ਤੇਰੀ ਫਿਕਰ ਮਾਰਦੀ ਆ, ਤੇਰੀ ਰੇੜੀ ਉਲਟਾ ਦੇਣਗੇ, ਕਿੱਥੇ ਜਾਏਗਾ। ਤੂੰ ਲਾ ਕਸ਼, ਤੇਰੀ ਮਿਟੇ ਕਸ਼ਮ ਕਸ਼, ਤੂੰ ਭੁੱਲ ਜਾਏਗਾ ਆਪਣੇ ਦੁੱਖ ਤੇ ਭੁੱਲ ਜਾਏਗਾ ਬੱਚਿਆਂ ਦੀ ਭੁੱਖ। ਓਏ 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 ਓਏ, ਆ ਗਿਆ, ਤੂੰ ਫਿਰ ਇੱਥੇ ਆ ਗਏ, ਉਹ ਫਿਰ ਰੌਲਾ ਪਾ ਰਹੇ ਤੂੰ। ਉਹ ਰੇੜੀ ਵਾਲਿਆ, ਉਹ ਤੈਨੂੰ ਮੈਂ ਪਹਿਲੇ ਕਿਹਾ ਸੀ ਚੁੱਪ ਕਰਕੇ ਇੱਥੇ ਆਇਆ ਕਰ, ਅਗਰ ਤੂੰ ਆਉਣਾ ਹੀ ਹੋਏ ਉਸ ਵੇਲੇ ਆ ਜਿਹੜਾ ਸਾਡੇ ਆਰਾਮ ਦਾ ਟਾਈਮ ਨਾ ਹੋਵੇ, ਉਹ ਸੌਣ ਦੇ ਵੇਲੇ ਆ ਕੇ ਰੌਲਾ ਪਾ ਪਾ ਕੇ ਤੂੰ ਤੂੰ ਚਾਹਣਾ ਕੀ ਹੋਏ। ਹੈਂ ਜਨਾਬ, ਆਹੀ ਟਾਈਮ ਤਾਂ ਕੰਮ ਦਾ, ਸਵੇਰੇ ਤੁਹਾਡੇ ਬੱਚੇ ਸਕੂਲ ਗਏ ਹੁੰਦੇ ਨੇ, ਅਤੇ ਬਹੁਤੀ ਸ਼ਾਮ ਹੋ ਜੇ ਤਾਂ ਮੇਰੀ ਬੀਵੀ ਅਤੇ ਮੇਰੇ ਚਾਰ ਬੱਚੇ ਮੇਰੇ ਕੇਅਰ ਕਰਦੇ ਨੇ ਕਿ ਅੱਬੂ ਕਦੋਂ ਘਰ ਆਊਗਾ ਅਤੇ ਕਦੋਂ ਸਾਡੇ ਲਈ ਕੁਛ ਖਾਣ ਨੂੰ ਲੈ ਕੇ ਆਊਗਾ। ਉਹ ਕੀ ਕਿਹਾ? ਉਹ ਤੇਰੇ ਚਾਰ ਬੱਚੇ ਨੇ? ਉਹ ਜਾਹਲੀਅਤ ਦੀ ਇੰਤਹਾ ਹੈ, ਉਹ ਬੇਸ਼ਰਮਾ। ਉਹ ਨਾ ਤੇਰੇ ਕੋਲ ਕੋਈ ਇਲਮ, ਨਾ ਤੇਰੇ ਕੋਲ ਕੋਈ ਹੁਨਰ, ਨਾ ਤੇਰੇ ਕੋਲ ਕੋਈ ਪੈਸਾ ਬਣਾਉਣ ਦੀ ਕੋਈ ਸਲਾਹੀਅਤ, ਉੱਤੋਂ ਤੂੰ ਬੱਚੇ ਤੇ ਬੱਚਾ ਪੈਦਾ ਕਰੀ ਜਾਣਾ ਤੇ ਫਿਰ ਲੋਕਾਂ ਨੂੰ ਵਿਖਾ ਵਿਖਾ ਕੇ ਤੂੰ ਆਪਣੀ ਗਰੀਬੀ ਦਾ ਰੋਣਾ ਰੋਣਾ। ਉਹ ਚਾਰ ਜਮਾਤਾਂ ਪੜ ਜਾਂਦਾ ਤੇ ਤੇਰੇ ਅੱਜ ਚਾਰ ਬੱਚੇ ਨਾ ਹੁੰਦੇ, ਨਾ ਇਸ ਤਰ੍ਹਾਂ ਦੀ ਤੂੰ ਰੇੜੀ ਖਿੱਚ ਖਿੱਚ ਕੇ ਗਲੀ ਗਲੀ ਖੁਆਰ ਹੋ ਰਿਹਾ ਹੁੰਦਾ, ਸਾਡੀ ਜਾਣ ਲਈ ਬਵਾਲ ਬਣਿਆ ਹੁੰਦਾ। ਤੈਨੂੰ ਕਿਹਾ ਸੀ ਨਾ ਲੈ ਪੰਗਾ ਇਹਨਾਂ ਮੀਰਾਂ ਨਾਲ, ਉਹ ਪਹਿਲੇ ਤੇਰੀ ਰੇੜੀ ਮਾਰਨੀ ਸੀ, ਹੁਣ ਤੇਰੇ ਬੱਚਿਆਂ ਤੇ ਗੱਲ ਆ ਗਈ। ਉਹ ਵੱਡਿਓ, ਰਹਿਣ ਦਿਓ ਸਾਨੂੰ, ਇੱਥੇ ਰਹਿਣ ਦਿਓ,
ਸਾਡੇ ਕਿਉਂ ਬੱਚਿਆਂ ਦੇ ਦੁਸ਼ਮਣ ਹੋਏ ਹੋ? ਜਾ ਦਫਾ ਜਾ ਦੋਵੇਂ ਇੱਥੋਂ। ਚਲ ਚੱਲੀਏ ਉੱਥੋਂ, ਆ ਚੱਲੀਏ ਚੱਲੀਏ ਆਏ ਸ਼ਕਰਗੰਦੀ। ਨਹੀਂ ਸ਼ਕਰਗੰਦੀ ਤਾਂ ਨਹੀਂ ਵੇਖੀ, ਪਰ ਸ਼ਾਮ ਬਹੁਤ ਹੋ ਗਈ ਨਾ, ਜੇ ਹੋਰ ਨੇਰਾ ਹੋ ਗਿਆ ਨਾ ਤਾਂ ਠੋਕਰਾਂ ਖਾਣੀਆਂ ਪੈਣਗੀਆਂ। ਕਿਹੜੀ ਸ਼ਾਮ ਦੀ ਗੱਲ ਕਰਦਾ, ਮੇਰਾ ਨਮਾਜ਼ ਵੀ ਕਿਹਾ ਸੀ, ਕਹਿੰਦਾ ਸੀ ਸ਼ਾਮ ਨੂੰ ਆਏਗਾ, ਉਹ ਰਾਤ ਹੋ ਗਈ, ਦਿਨ ਵੀ ਨਿਕਲ ਆਇਆ ਪਰ ਸ਼ਾਮ ਨਹੀਂ ਆਈ। ਮੈਨੂੰ ਲੱਗਦਾ ਉਹਨੂੰ ਸ਼ਾਮ ਨਜ਼ਰ ਨਹੀਂ ਆਉਂਦੀ। ਕੀ ਤੈਨੂੰ ਵੀ ਨਜ਼ਰ ਨਹੀਂ ਆਉਂਦੀ? ਉਹ ਚੱਲ ਕੋਈ। ਓਏ ਓਏ ਕੌਣ ਆ, ਓਏ ਔਰਤ ਆ ਕਿ ਜਿੰਨਣੀ ਆ ਕੋਈ? ਸ਼ਾਮ ਹੋ ਗਈ ਹੈ, ਸ਼ਾਮ ਨਹੀਂ ਹੋਈ, ਕੀ ਝੱਲੀਆਂ ਵਾਲੀਆਂ ਗੱਲਾਂ ਕਰਨ ਡੀ? ਓਏ ਕੀ ਓਏ, ਮੇਰਾ ਭੁਜਾਲ ਆ ਗਿਆ, ਮੈਨੂੰ ਦੌੜਾ ਇੱਥੋਂ ਲੈ ਜਾ, ਮੈਨੂੰ ਪਿੱਛੜ ਪੈ ਰਹੀ। ਓਏ ਚੁੱਪ ਕਰ, ਨਸ਼ਾ ਹੀ ਜ਼ਿਆਦਾ ਕਰ ਲਿਆ, ਕੋਈ ਭੁਚਾਲ ਭੁਚੂਲ ਨਹੀਂ ਆਇਆ, ਘੱਟ ਨਸ਼ਾ ਕਰਿਆ ਕਰ। ਓਏ ਤਾਂ ਵਿਚਾਰੀ ਆਪ ਵਕਤ ਦੀ ਮਾਰੀ ਹੋਈ ਹੈ, ਆ ਸਾਹਮਣੇ ਘਰ ਵਾਲੀ ਨੌਕਰਾਣੀ ਹੈ, ਇਹਦਾ ਘਰ ਵਾਲੀ ਇੱਥੇ ਕੰਮ ਕਰਦਾ ਸੀ ਵਿਚਾਰਾ, ਇੱਕ ਦਿਨ ਕਿਸੇ ਕਾਰ ਨੇ ਫੇਟ ਮਾਰੀ ਤੇ ਸੜਕ ਤੇ ਪਿਆ ਪਿਆ ਮਰ ਗਿਆ, ਨਾ ਐਂਬੂਲੈਂਸ ਆਈ ਨਾ ਲੋਕਾਂ ਨੇ ਚੱਕਿਆ, ਮਰ ਗਿਆ ਵਿਚਾਰਾ ਐਂਬੂਲੈਂਸ ਦਾ ਇੰਤਜ਼ਾਰ ਕਰਦਾ ਕਰਦਾ। ਉਸ ਦਿਨ ਤੇ ਵਿਚਾਰੀ ਧੰਨੀ ਪੀ ਗਈ ਹੈ, ਹਰ ਗੱਲ ਚ ਸ਼ਾਮ ਦਾ ਜ਼ਿਕਰ ਲੈ ਕੇ ਆਉਂਦੀ ਹੈ ਕਿ ਨਵਾਜ਼ ਸ਼ਾਮ ਨੂੰ ਆਊਗਾ, ਸ਼ਾਮ ਨੂੰ ਆਊਗਾ। ਮੇਰੀਆਂ ਗੱਲਾਂ ਕਰਦੇ ਹੋ, ਸੱਚੀਆਂ ਝੂਠੀਆਂ? ਮੈਂ ਤੇ ਮੇਰੀਆਂ ਗੱਲਾਂ ਕਰਦੇ ਹੋ, ਸੱਚੀਆਂ ਝੂਠੀਆਂ? ਓਏ ਤੂੰ ਕਾਹਦੇ ਲਈ ਸਾਡਾ ਰਾਹ ਰੋਕ ਕੇ ਖੜੀ ਐ ਗੱਲਾਂ ਸ਼ਾਮ? ਓਏ ਰਾਵਾਂ ਨਾ ਰੋਕ, ਜੇ 4 ਰੁਪਈਏ ਜੇਬ ਚ ਆ ਗਿਆ ਤੇ ਕੋਈ ਸ਼ਕਰਗੰਦੀ ਖਰੀਦਣੀ ਤੇ ਘਰ ਜਾਣ ਦੇ, ਕਿਉਂ ਸਾਡੇ ਰਸਤੇ ਚ ਰੁਕਾਵਟਾਂ ਬਣਨ ਗਈਆਂ? ਤੂੰ ਚੱਲੀਏ। ਲਾਲ ਹੈ ਰੰਗ ਦੀਆਂ, ਲਾਲ ਦੀਆਂ ਧੋਣੀਆਂ, ਪਹਿਣ ਲਓ ਚੜਾ ਨਿਸ਼ਾਨ ਛਾਣ, ਨਿਸ਼ਾਨ ਛਾਣ ਛਾਣ ਕੇ ਦੀਆਂ ਚੂੜੀਆਂ ਕੱਚ ਦੀਆਂ ਬੜੀਆਂ ਹੀ ਜੱਚ ਦੀਆਂ। ਓਏ ਇਹਦੀ ਸ਼ਾਮ, ਓਏ ਜਿਹਦੀ ਨਾਮ ਹੋਵੇ ਉਹਦੀ ਸ਼ਾਮ ਹੋਵੇ, ਉਹੀ ਬਦਨਾਮ ਹੋਵੇ। ਚੱਲੀਏ, ਅਸੀਂ ਆਪਣੇ ਆਪ ਚ ਮਗਨ, ਸਾਡੇ ਦਿਲ ਨੂੰ ਬੜਾ ਆਰਾਮ ਹੋਵੇ। ਅਲੇ ਤੁਮੀ ਲੈ ਕਸ਼ ਤੇ ਤੇਰੀ ਗਲੀਆਂ ਚ ਤੁਰੀ ਫਿਰਦੀ ਹੈ, ਆ ਜਾ ਘਰ ਚੱਲੀਏ, ਹਾਲੇ ਚੂੜੀਆਂ ਵੀ ਲੈ ਲੈ, ਹਾਲੇ ਪਾ ਤੇਰੇ ਘਰਾਂ ਨੂੰ ਚੱਲੇਗਾ, ਹਾਲੇ ਕਿੰਨੀਆਂ ਸੋਹਣੀਆਂ ਮੈਨੂੰ ਤਾਂ ਮਿਹਨਤ ਕਰ ਲੈਣ ਦੇ, ਜੇ ਮਿਹਨਤ ਕਰਾਂਗੇ ਤਾਂ ਜਿਹੜੀ ਤੁਹਾਨੂੰ 2 ਵਕਤ ਦੀ ਰੋਟੀ ਮਿਲਦੀ ਆ ਨਾ, ਤੇ 3 ਵਕਤ ਦੀ ਮਿਲਣ ਲੱਗ ਜੂਗੀ, ਉਹ ਤੇਰੇ ਭਤੀਜੇ ਭਤੀਜੀਆਂ ਸੇ ਘਰੇ ਕੁਝ ਲੈ ਜਾਵਾਂਗੇ, ਕਰ ਲਈ ਥੋੜੀ ਮਿਹਨਤ ਫਿਰ ਚੱਲਾਂਗੇ। ਚੱਲ ਆ ਜਾ ਸ਼ਕਰਗੰਦੀ। ਪਤਾ ਨੇ ਮੁਹੱਲੇ ਦੇ ਦੂਜੇ ਲੋਕਾਂ ਨੇ ਵੀ ਸਮਝਾਇਆ ਕਿ ਰੌਲਾ ਨਾ ਪਾਇਆ ਕਰ, ਨਾ ਸ਼ੋਰ ਸ਼ਰਾਬਾ ਕੀਤਾ ਕਰ, ਪਤਾ ਨੀ ਸਮਝ ਨੀ ਆਉਂਦੀ ਉਹ ਰੇੜੀ ਵਾਲਿਆ ਹੈ, ਨਿਬੜਦੇ ਆ ਤੇਰੇ ਨਾਲ, ਤੈਨੂੰ ਪੁਲਿਸ ਦੇ ਹਵਾਲੇ ਕਰਨਾ ਪਏਗਾ। ਉਹ ਇੱਕ ਤੇ ਤੂੰ ਸਾਡੇ ਬੱਚਿਆਂ ਦੀ ਸਿਹਤ ਖਰਾਬ ਕਰਨਾ,
ਤੇ ਤੁਸੀਂ ਇਬਾਦਤ ਕਰਨ ਵਾਲਿਆਂ ਦੀ ਇਬਾਦਤ ਖਰਾਬ ਕਰ ਰਹੇ ਹੋ, ਰੌਲਾ ਪਾ ਪਾ ਕੇ ਨਿਬੜਦੇ ਆ ਤੇਰੇ ਨਾਲ। ਠਹਿਰ ਜਾ ਜ਼ਰਾ ਤੂੰ। ਸਾਨੂੰ ਕੰਮ ਕਰ ਲੈਣ ਦਿਓ, ਤੁਹਾਡਾ ਕੀ ਲੈਣੇ ਆ? ਜਿਹੜੇ ਰੱਬ ਨੇ ਤੁਹਾਨੂੰ ਕਾਰਾਂ ਦਿੱਤੀਆਂ, ਉਹਨੇ ਸਾਨੂੰ ਰੇਹੜੀ ਦਿੱਤੀ ਤੇ ਇਹਦੇ 'ਚ ਸਾਡਾ ਕੀ ਕਸੂਰ ਹੈ? ਓਏ ਅਸੀਂ ਚਾਰ ਪੈਸੇ ਕਮਾਈ ਦੇ ਆਪਣੇ ਬੱਚਿਆਂ ਲਈ ਤੁਹਾਡੀ ਗਲੀ 'ਚ ਆ ਕੇ। ਓਏ ਸਾਨੂੰ ਮਿਹਨਤ ਕਰ ਲੈਣ ਦਿਓ, ਮਿਹਨਤ ਕਰਦੇ, ਤੁਹਾਡਾ ਕੀ ਲੈਣੇ? ਮਿਹਨਤ? ਉਹ ਤੁਸੀਂ ਮਿਹਨਤ ਕਰਦੇ ਹੋ? ਖਾਕ ਮਿਹਨਤ ਕਰਦੇ ਹੋ ਤੁਸੀਂ, ਕੱਟਾ ਮਿਹਨਤ। ਉਹ ਮਿਹਨਤ ਕੀਤੀ ਹੁੰਦੀ ਸਕੂਲੋਂ ਨਾ ਭੱਜਦਾ ਤੂੰ, ਉਹ ਪੜ੍ਹਿਆ ਲਿਖਿਆ ਹੁੰਦਾ ਤੇ ਨਾ ਇਸ ਤਰ੍ਹਾਂ ਸ਼ਕਰਕੰਦੀ ਵੇਚਦਾ ਵੇਚਦਾ ਖੁਆਰ ਹੁੰਦਾ, ਸਾਰੀ ਗਲੀ ਗਲੀ ਧੱਕੇ ਖਾਂਦਾ। ਉਹ ਮਿਹਨਤ ਅਸੀਂ ਕੀਤੀ ਹੈ, ਉਹ ਨਾ ਤੁਹਾਡੇ ਪਿਓ ਨਾ ਦਾਦਿਆਂ ਪਰਦਾਦਿਆਂ ਕੀਤੀ। ਉਹ ਤੂੰ ਗਲੀ ਗਲੀ ਮੱਲੇ ਮੱਲੇ ਗੁੱਲੀ ਡੰਡੇ ਖੇਡਦੇ, ਪਤੰਗ ਬਾਜ਼ੀਆਂ ਕਰਦੇ, ਮੰਗ ਮੰਗ ਕੇ ਚੋਰੀਆਂ ਚਕਾਰੀਆਂ ਕਰਕੇ ਤੁਸੀਂ ਵੱਡੇ ਹੋਏ। ਤੂੰ ਅੱਜ ਤੂੰ ਮੂੰਹ ਚੁੱਕੇ ਮੈਨੂੰ ਕਹਿ ਰਿਹਾ ਸੀ ਮਿਹਨਤ ਕੀਤੀ? ਮਿਹਨਤ ਕਰਨ ਵਾਲੀ ਸ਼ਕਲ ਵੇਖੋ ਜ਼ਰਾ। ਮਿਹਰਬਾਨੀ ਜਨਾਬ ਤੁਹਾਡੀ, ਪਰ ਇਲਜ਼ਾਮ ਲਾ ਦਿਓ, ਉਹ ਸਾਡੇ ਪਿਓ ਦਾਦਿਆਂ ਦੀ ਮਜ਼ਦੂਰੀ ਮਾਰੀ ਤਾਂ ਹੀ ਸਾਡੇ ਹੱਥ ਆ ਰੇਹੜੀ ਆਈ ਹੈ। ਤੁਹਾਨੂੰ ਏਸੀ ਵਾਲੀ ਕਾਰ 'ਚ ਬਹਿ ਕੇ ਜਾਣਾ ਮਿਹਨਤ ਲੱਗਦੀ ਹੈ, ਪਰ ਤੁਹਾਡੀ ਕਾਰ ਪਿੱਛੇ ਉੱਡਦੀ ਧੂੜ 'ਚ ਆ ਰੇਹੜੀ ਚੱਲਦੀ ਤੁਹਾਨੂੰ ਮਿਹਨਤ ਨਹੀਂ ਲੱਗਦੀ? ਉਹ ਸਰੀਰ ਜਿੰਨਾ ਮਰਜ਼ੀ ਤਕੜਾ ਹੋਵੇ, 18-18 ਘੰਟੇ ਤੁਰਦਾ ਤੁਰਦਾ ਟੁੱਟੀ ਜਾਂਦਾ ਹੈ, ਕੀ ਉਹ ਮਿਹਨਤ ਨਹੀਂ ਹੁੰਦੀ? ਨਹੀਂ ਹੁੰਦੀ ਮਿਹਨਤ? ਓਏ ਕਿਹਨਾਂ ਨੂੰ ਕਹਿ ਰਿਹਾ? ਓਏ ਓਏ ਪੱਥਰ ਦੇ ਦਿਲ ਵਾਲੇ ਲੋਕੀ ਨੇ, ਓਏ ਪੱਥਰ ਦੇ ਦਿਲ ਵਾਲੇ, ਓਏ ਮੇਰੇ ਹੱਥ ਸੁਣਿਆ, ਓਏ ਪੱਥਰ ਤੋੜਨ ਲਈ ਲੋਹਾ ਬਣਨਾ ਪੈਂਦਾ ਤੇ ਲੋਹੇ ਲਈ ਚਾਹੀਦਾ ਪੈਸਾ, ਤੇ ਪੈਸਾ ਤੇਰੇ ਕੋਲ ਹੈ ਨਹੀਂ। ਓਏ ਕਿਉਂ ਰੋੜੀਆਂ ਤੇ ਤੰਗ ਹੁੰਦਾ, ਕਿਉਂ ਪੱਥਰ ਖਾਣਾ ਸ਼ਹਿਰਾਂ ਦੇ? ਆ ਜਾ ਤੈਨੂੰ ਘਰ ਲੈ ਜਾ, ਘਰ 'ਚ ਚੁੱਲ੍ਹੇ ਅੱਗੇ ਪੱਥਰ ਨਾਲ ਤੈਨੂੰ ਸੇਕਾ ਦਿਆਂਗਾ। ਆਪਣਾ ਯਾਰ ਬੈਠਾ ਸ਼ੀਸ਼ੀਆਂ ਲੈ ਕੇ ਮਾਲਿਸ਼ ਵਾਲਾ, ਉਹਨਾਂ ਕੋਲੋਂ ਮਾਲਿਸ਼ ਕਰਾ। ਕਿਹਨਾਂ ਦੇ ਵਾਹ ਲੱਗਣ ਡਿਆ ਤੂੰ? ਆ ਜਾ ਚੱਲੀਏ। ਤੁਸੀਂ ਦੋਵੇਂ ਬਹੁਤੇ ਬਹਿਸ ਨਾ ਕਰੋ, ਮੈਨੂੰ ਹੱਡ ਹਰਾਮੀ ਤੁਹਾਡੇ ਲੋਕਾਂ ਦੇ ਦਿਮਾਗਾਂ ਤੇ ਜਿਸਮਾਂ 'ਚ ਵੜ ਗਈ ਹੋਏ। ਉਹ ਸਾਡੇ ਕਾਰ ਦੇ ਨੌਕਰਾਂ ਦਾ ਵੀ ਇਹੀ ਹਾਲ ਆ, ਉਹ ਦੋ ਕੱਪੜੇ ਜ਼ਿਆਦਾ ਧੋਣ ਪੈ ਜਾਣ ਮੌਤ ਪੈ ਜਾਂਦੀ ਉਹਨਾਂ ਨੂੰ। ਉਹ ਦਿੰਦੇ ਸਾਡਾ, ਖਾਂਦੇ ਸਾਡੇ ਘਰੋਂ, ਉਹ ਪਾਉਂਦੇ ਸਾਡਾ ਦਿੱਤਾ, ਤੇ ਉਤੋਂ ਮੂੰਹ ਚੁੱਕ ਕੇ ਸਾਨੂੰ ਹੀ ਗੱਲਾਂ ਕਰਦੇ ਨੇ। ਕਰਨਾ ਤੇਰਾ ਬੰਦੋਬਸਤ। ਓਏ ਬਸ਼ੀਰੇ, ਉਹ ਇੱਧਰ ਆ ਹਜ਼ਰਾ, ਉਹ ਕੱਢ ਇਸ ਬਦਮਾਸ਼ ਰੇੜੀ ਵਾਲੇ ਨੂੰ ਤੇ ਇਹਦੇ ਇਸ ਨਸ਼ਈ ਯਾਰ ਨੂੰ ਗਲੀ 'ਚੋਂ, ਕੱਢੋ ਦੋਵਾਂ ਨੂੰ ਬਾਹਰ। ਰੌਲਾ ਪਾਉਂਦੇ ਨੇ, ਪਹਿਲੇ ਤਾਂ ਸਿਰਫ ਰੌਲਾ ਪਾਉਂਦਾ ਸੀ, ਹੁਣ ਬਦਤਮੀਜ਼ੀ ਵੀ ਕਰਨ ਲੱਗਿਆ ਸਾਡੇ ਨਾਲ। ਨਿਕਲੋ ਇੱਥੋਂ। ਬਾਬਾ ਜੀ ਸਾਨੂੰ ਵੀ ਦੋ ਦੁਆ, ਸਾਡੀ ਵੀ ਸ਼ਕਰਕੰਦੀ ਵਿਕਣ ਲੱਗ ਜੇ, ਸਾਡੀ ਸ਼ਕਰਕੰਦੀ ਮਿੱਠੀ ਹੋ ਜੇ ਲੋਕਾਂ ਲਈ, ਦਿਓ ਦੁਆ ਕੋਈ। ਇੱਕ ਹੋਰ ਆ ਗਿਆ ਗੜੀ, ਇਧਰੋਂ ਆਂਦਾ ਦੇ ਜਾ ਸਖੀਆ, ਇਧਰੋਂ ਆਂਦਾ ਭਲਿਆ ਲੋਕਾ। ਉਹ ਬਾਬਾ ਸਾਡੀ ਸ਼ਕਰਕੰਦੀ ਦੀ ਰੇਹੜੀ ਤੋਂ 4 ਰੁਪਏ ਦੀ ਸ਼ਕਰ ਲੈਂਦਿਆਂ ਲੋਕਾਂ ਨੂੰ ਮੌਤ ਆਉਂਦੀ ਹੈ,
ਤੇਰੇ ਠੂਠੇ ਚ 100-100 ਰੁਪਏ ਦੇ ਨੋਟ ਪਾਈ ਜਾਂਦੇ, ਕੰਮ ਕਰਦਾ ਨਹੀਂ ਤੂੰ ਤੇ ਵਿਹਲਾ ਕਮਾਈ ਜਾਂਦਾ। ਤੈਨੂੰ ਕੀ ਪਤਾ ਭਲਿਆ ਲੋਕਾਂ ਸਾਡੇ ਕੰਮ ਦਾ, ਇਹ ਮੇਰੇ ਤੋਂ ਵਪਾਰ ਕਰਾਉਂਦੇ ਆ, ਵਪਾਰ ਇੱਕ ਦਿੰਦੇ ਆ ਤੇ 10 ਦੀ ਆਸ ਲੈ ਕੇ ਜਾਂਦੇ ਆ, ਤੇ ਅਗਲੇ ਜਹਾਨ ਦੇ ਵਿੱਚ 100 ਦਾ ਵਾਅਦਾ ਵੀ ਲੈ ਕੇ ਜਾਂਦੇ ਆ। ਓਏ ਆਪਣੇ ਮਾਲ ਦਾ ਤੇ ਜੋ ਬਣਾਇਆ ਪੈਸਾ ਉਹਦੀ ਇੰਸ਼ੋਰੈਂਸ ਕਰਵਾ ਦੇ ਮੇਰੇ ਕੋਲੋਂ ਓਏ ਬਾਬਾ, ਤੇ ਅਗਲੇ ਜਹਾਨ ਦੇ ਵਿੱਚ ਵੀ ਉਹ ਕਹਿੰਦੇ ਉੱਥੇ ਉੱਪੜਦੀ ਹੋਵੇ। ਇੰਸ਼ੋਰੈਂਸ ਜਿਹੜੀ ਕਰਾਉਂਦੇ ਆ ਨੋਟਾਂ ਦੀ, ਦਿੰਦੇ ਨੋਟ ਮੈਨੂੰ ਕਾਗਜ਼ ਦਾ ਤੇ ਇੰਸ਼ੋਰੈਂਸ ਕਰਾਉਂਦੇ ਆ ਰੱਬ ਦੇ ਨਾਂ ਦੀ। ਓ ਬਾਬਾ ਤੇਰੀਆਂ ਇੰਨੀਆਂ ਤਾਕਤਾਂ, ਉਹ ਫਿਰ ਸਾਡੀ ਰੇਹੜੀ ਨੂੰ ਸੁਪਰ ਮਾਰਕੀਟ ਬਣਾ ਦੇ, ਤੈਨੂੰ ਇੱਥੇ ਬਿਠਾਇਆ, ਤੂੰ ਸਾਨੂੰ ਕਿਸੇ ਚੰਗੀ ਜਗ੍ਹਾ ਤੇ ਬਿਠਾ। ਇੱਥੇ ਬਹਿਣ ਦੀ ਇਜਾਜ਼ਤ ਮੈਨੂੰ ਇਸ ਕਰਕੇ ਨਹੀਂ ਮਿਲੀ ਵਪਾਰ ਕਰਕੇ, ਨਾ ਕਿਸੇ ਤਾਕਤ ਦੀ ਵਜ੍ਹਾ ਤੋਂ। ਇੱਥੇ ਤਾਂ ਇਹਨਾਂ ਨੂੰ, ਇਹਨਾਂ ਨੇ ਮੈਨੂੰ ਤਾਂ ਬਿਠਾਇਆ ਤੇ ਤਾਂ ਕਿ ਇਹਨਾਂ ਨੂੰ ਆਪਣੇ ਤਾਕਤਵਰ ਹੋਣ ਦਾ ਨਸ਼ਾ ਕਾਇਮ ਰਵੇ, ਇਹਨਾਂ ਨੂੰ ਕੋਈ ਚਾਹੀਦਾ ਹੱਥ ਇਹਨਾਂ ਮੋਹਰੇ ਫੁਲਾਵੇ ਤੇ ਇਹਨਾਂ ਨੂੰ ਆਪਣੀ ਬਾਦਸ਼ਾਹੀ ਦੀ ਯਾਦ ਆਵੇ। ਇਹਨਾਂ ਬਾਦਸ਼ਾਹਾਂ ਨੂੰ ਕੋਈ ਹੱਥ ਫੁਲਾਉਣ ਵਾਲਾ ਚਾਹੀਦਾ ਬਾਦਸ਼ਾਹੀ ਲਈ। ਇਸ ਕਰਕੇ ਬੈਠਾ ਮੈਂ, ਐਂ ਕਰ ਤੂੰ ਵੀ 10 ਦਾ ਨੋਟ ਫੜਾ ਤੇ ਬਾਦਸ਼ਾਹ ਬਣ। ਹੋਰ ਮੈਂ ਤੇ ਬਾਬਾ ਬਾਦਸ਼ਾਹ ਪੱਲੇ ਉੱਡਦਾ ਫਿਰਦਾ ਕਰਮਾਂ ਵਾਲੇ ਲੋਕ ਨੇ, ਮੈਂ ਲਾ ਕੇ ਹੱਥ ਫੁਲਾਉਣਾ ਇਹਨਾਂ ਦੀ ਸ਼ਾਨ ਬਣਾਉਣਾ। ਉਹ ਤੂੰ ਰੰਗ ਦੀਆਂ ਲੱਗਦੀਆਂ ਸੋਹਣੀਆਂ ਬਾਬਾ ਜੀ, ਬਾਬਾ ਜੀ ਕਿੱਥੇ ਕਰੇ ਦਵਾ ਬਾਬਾ ਤੂੰ ਲਾ ਕਸ਼ਟ ਮਿਟੇ ਤੇਰੀ ਕਸ਼ਟ ਜੁਰਮ ਘੱਟ ਹੋਏ ਉਹਦੇ। ਨਹੀਂ ਕੋਈ ਗੱਲ ਸਹੀ ਨਹੀਂ ਹੈਗੀ, ਲੈ ਕੇ ਇਹ ਮੁਫ਼ਤ ਇਲਾਜ ਤੇ ਤਲੀਮ ਦੀਆਂ ਸਹੂਲਤਾਂ ਤੇ ਇਮਦਾਦਾਂ, ਉਹ ਲੋਕੀ ਹੱਦ ਹਰਾਮ ਹੋ ਜਾਂਦੇ ਨੇ ਤੇ ਫਿਰ ਇਹਨਾਂ ਹਕੂਮਤਾਂ ਦੇ ਖਿਲਾਫ਼ ਇਹ ਵੱਧ ਵੱਧ ਕੇ ਗੱਲਾਂ ਕਰਦੇ ਨੇ। ਆਹੋ ਜੀ ਆਹੋ,
ਇਹਨਾਂ ਨੂੰ ਮੁਫਤ ਦੀ ਆਦਤ ਪਾ ਕੇ ਸਾਡੇ ਤੇ ਜ਼ੁਲਮ ਨਾ ਕਰਨਾ। ਸਹੀ ਗੱਲ ਹੈ। ਨਹਿਰ ਖੁਦਾ ਦਾ ਓਏ ਸਾਡੇ ਖਿਲਾਫ ਸਾਜ਼ਿਸ਼ਾਂ ਹੀ ਕਰਦੇ ਰਹਿੰਦੇ, ਸਾਨੂੰ ਸ਼ਹਿਰਾਂ ਦਾ ਗੰਦ ਸਮਝਦੇ ਆ, ਗੰਦ ਤੇ ਇਥੋਂ ਕੱਢਣਾ ਚਾਹੁੰਦੇ ਆ। ਇਹਨਾਂ ਦੇ ਘਰ ਤਾਂ ਸ਼ਾਮ ਸਵੇਰੇ ਚੁੱਲ੍ਹਾ ਜਲਦਾ ਏ, ਸਾਡੇ ਸਿਰ ਤੇ ਸਿਖਰ ਦੁਪਹਿਰ ਦਾ ਸੂਰਜ ਬਲਦਾ। ਮੇਰੀ ਸ਼ਕਲ ਕਹਿੰਦੀ ਪਹਿਲਾਂ ਵੀ ਮਿੱਠੀ ਸੀ, ਹੁਣ ਵੀ ਮਿੱਠੀ ਹੈ। ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਉਂ ਕੌੜੀ ਲੱਗਦੀ ਹੈ। ਮੈਨੂੰ ਲੱਗਦਾ ਮੈਂ ਕੱਲੀ ਨਹੀਂ, ਪਰ ਮੈਨੂੰ ਕੋਈ ਦੁੱਖ ਵੀ ਨਹੀਂ। ਫੇਰ ਵੀ ਅਸੀਂ ਦੁੱਖ ਸੁੱਖ ਭੋਲ ਲੈਂਦੇ ਹਾਂ। ਉਹ ਮੈਨੂੰ ਤੇ ਪਹਿਲੇ ਬਹੁਤ ਦੁੱਖ, ਪਰ ਹੁਣ ਤੇ ਮੈਨੂੰ ਕੋਈ ਦੁੱਖ ਹੀ ਨਹੀਂ। ਔਖੀਆਂ ਗੱਲਾਂ ਨਾ ਕਰ ਸਕੀਆ, ਔਖੀਆਂ ਗੱਲਾਂ ਨਾ ਕਰ। ਤੁਸੀਂ ਦੱਸੋ ਤੁਹਾਨੂੰ ਕੀ ਦੁੱਖ ਹੈ? ਤੁਸੀਂ ਹਨੇਰੇ ਵਿੱਚੋਂ ਕਿ ਰੋਸ਼ਨੀ ਵਿੱਚ ਤੁਸੀਂ ਕਿਹਨੂੰ ਧੱਕਾ ਦੇਣਾ ਤੇ ਕਿਹਨੂੰ ਗੱਲ ਨਾਲ ਲਾਉਣਾ? ਤੁਸੀਂ ਕਿਹਨੂੰ ਤਾਨਾ ਮਾਰਨਾ ਤੇ ਕਿਹਦੇ ਨਾਲ ਪਿਆਰ ਨਾਲ ਗੱਲ ਕਰਨੀ ਹੈ? ਇਬਾਦਤ ਕਰਨ ਵਾਲਿਆਂ ਨੂੰ ਕਹਿਣਾ ਕਿ ਸਾਹ ਵਾਸਤੇ ਬਹੁਤ ਦੁਆ ਕਰਿਆ ਕਰੋ। ਬੜੀ ਮਿਹਰਬਾਨੀ। ਜਿਹਦੇ ਕੋਲ ਦੌਲਤ ਹੈ, ਸ਼ੋਹਰਤ ਹੈ, ਸਾਰਾ ਕੁਛ ਉਹਦਾ ਹੀ ਹੈ ਨਾ ਜੀ। ਇਹ ਦੇਖੋ ਤੁਸੀਂ ਸਾਡੇ ਲਈ ਇਬਾਦਤ ਗਾਹ ਬਣਾਈ, ਉੱਤੋਂ ਇਹਨੂੰ ਚਲਾਉਣ ਵਾਸਤੇ ਚੰਦਾ ਦਿੰਦੇ ਰਹਿੰਦੇ ਹੋ, ਸਾਨੂੰ ਸਾਡੀ ਖਿਦਮਤ ਕਰਦੇ ਰਹਿੰਦੇ ਹੋ। ਜਿਉਂਦੇ ਰਹੋ ਜੀ, ਵਸਦੇ ਰਹੋ, ਵਸਦੇ ਰਹੋ। ਬਸ ਜੀ, ਬੜੀ ਮਿਹਰਬਾਨੀ ਤੁਹਾਡੀ ਬਜ਼ੁਰਗੋ, ਬਸ ਤੁਸੀਂ ਦੁਆ ਕਰਦੇ ਰਿਹਾ ਕਰੋ ਸਾਡੇ ਨਾਲ। ਅੱਛਾ, ਇੱਕ ਗੱਲ ਤੁਹਾਡੇ ਨਾਲ ਕਰਨੀ ਸੀ ਜੀ। ਜੀ, ਇਹ ਇਬਾਦਤ ਗਾਹ 'ਚ ਆਉਣ ਜਾਣ ਵਾਲਿਆਂ ਨੂੰ ਦੱਸਿਆ ਕਰੋ ਕਿ ਇਸ ਇਬਾਦਤ ਗਾਹ 'ਚ ਸਾਡਾ ਕਿੰਨਾ ਹਿੱਸਾ ਹੈ। ਬਿਲਕੁਲ, ਅਸੀਂ ਤੁਹਾਨੂੰ ਕਿੰਨਾ ਦੇਣੇ ਆ। ਉਹ ਇਸ ਨੇਕ ਕੰਮ ਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ। ਤੁਹਾਡੇ ਜਿਵੇਂ ਬਜ਼ੁਰਗ ਜਦੋਂ ਜਦੋਂ ਇਸ ਤਰ੍ਹਾਂ ਦੀ ਗੱਲ ਕਰਾਂਗੇ, ਮਹੱਲੇ 'ਚ ਬਿਹਤਰੀ ਆਉਂਦੀ ਹੈ ਤੇ ਅਮਨ ਪੈਦਾ ਹੁੰਦਾ ਹੈ। ਉਹ ਜਨਾਬ, ਮੈਂ ਤੇ ਕੱਲ ਉਹ ਨੀ ਆਉਂਦਾ ਰੇੜੀ ਵਾਲਾ ਸ਼ੱਕਰ ਕੰਨੀ, ਆਹੋ ਆਹੋ, ਉਹ ਗੱਲੇ ਪਾੜ ਪਾੜ ਕੇ ਗੱਲਾਂ ਕਰ ਰਿਹਾ ਸੀ ਜਨਾਬ। ਅੱਛਾ, ਜਿਹੜੇ ਲੋਕ ਨੇ ਇੰਨੇ ਸ਼ੁਕਰੇ, ਸਹੀ ਗੱਲ, ਤਾਂ ਹੀ ਤੇ ਇਹਨਾਂ ਦੇ ਦਿਨ ਵੀ ਫਿਰਦੇ ਨਹੀਂ ਫਿਰਦੇ ਇਹਨਾਂ ਦੇ ਦਿਨ। ਬਿਲਕੁਲ, ਮੈਂ ਇਹਨਾਂ ਨੂੰ ਸਮਝਾਉਂਦਾ ਰਹਿਣਾ ਕਿ ਜਿਹਦੇ ਕੋਲ ਦੌਲਤ ਹੈ, ਜਿਹਦੇ ਕੋਲ ਸ਼ੋਹਰਤ ਹੈ, ਜਿਹਦੇ ਕੋਲ ਮਾਲ ਹੈ, ਉਹਦੇ ਨੀਵੇਂ ਰੱਖ ਕੇ ਰਹਿਆ ਕਰੋ। ਸਹੀ ਗੱਲ, ਉਹਦੀ ਗੱਲ ਮੰਨਿਆ ਕਰੋ। ਆਹੋ ਬਿਲਕੁਲ ਜਨਾਬ, ਮੈਂ ਕਹਿੰਦਾ ਰਹਿੰਦਾ। ਅੱਛਾ,
ਕੱਲ ਮਹੱਲੇ ਆਣਾ ਨੇ ਉਹ ਸਰਕਾਰੀ ਅਫਸਰ ਨਾਲ ਗੱਲ ਕੀਤੀ ਹੈ ਕਿ ਮਹੱਲੇ ਦੇ ਵਿੱਚ ਜਿਹੜੀ ਇਹ ਚੋਰੀ ਚਕਾਰੀ ਦੀ ਨੀਅਤ ਨਾਲ ਤੇ ਬਦਅਮਨੀ ਫੈਲਾਉਣ ਦੀ ਨੀਅਤ ਨਾਲ ਤੇ ਉੱਤੋਂ ਫਿਰ ਬਦਤਮੀਜ਼ੀ ਕਰਨ ਵਾਲੇ ਜਿਹੜੇ ਇਹ ਰੇੜੀ ਵਾਲੇ ਗਰੀਬ ਗੁਰਬੇ ਇਹ ਜਿਹੜੇ ਆਉਂਦੇ ਨੇ ਇਹਨਾਂ ਨੂੰ ਰੋਕਿਆ ਜਾਵੇ। ਇੱਥੇ ਆ ਕੇ ਬਦਅਮਨੀ ਫੈਲਾਉਂਦੇ ਨੇ ਤੇ ਸਰਕਾਰੀ ਅਫਸਰ ਅੱਜ ਆ ਰਿਹਾ ਇੱਥੇ, ਤੁਸੀਂ ਮੇਰੇ ਨਾਲ ਇੱਥੇ ਖਲੋਣਾ ਇੱਥੇ ਤੁਹਾਡੇ ਨਾਲ ਖਲੋਵਾਂਗੇ ਇੱਥੇ। ਬਿਲਕੁਲ ਸਹੀ ਗੱਲ, ਕਦੀ ਹੋਇਆ ਅਸੀਂ ਤੁਹਾਡੇ ਤੋਂ ਪਿੱਛੇ ਹਟੇ? ਸਹੀ ਗੱਲ, ਤੁਸੀਂ ਜਿੱਥੇ ਅੱਗੇ ਹੋਵੋਗੇ ਅਸੀਂ ਤੁਹਾਡੇ ਨਾਲ ਨਾਲ ਹੋਵਾਂਗੇ ਜਨਾਬ। ਓਏ ਇਹ ਜਿਹੜੇ ਨਾ ਆਪਣਾ ਨਸ਼ੁਕਰੇ ਲੋਕ, ਇਹ ਨਾ ਦੁਨੀਆਂ ਦੇ ਨਾ ਦੀਨ ਦੇ, ਸਹੀ ਗੱਲ, ਇਹ ਸਾਡੇ ਸਾਹਮਣੇ ਨਹੀਂ ਖਲੋ ਸਕਦੇ। ਬਸ ਜਨਾਬ ਇੱਕ ਦੂਸਰੀ ਕਰਮ ਕਰਨਾ ਜਰਾ ਨਾ, ਇਹ ਇਬਾਦਤ ਗਾਹ ਵਿੱਚ ਨਾ ਬੜੇ ਲੋਕਾਂ ਦੀ ਨਜ਼ਰ ਹੈ। ਅੱਛਾ, ਸਾਨੂੰ ਕੱਢ ਕੇ ਤੇ ਆਪ ਇਹਦਾ ਮੁਕੱਦਮਾ ਕਰ ਲੈਂਦੇ? ਨਹੀਂ ਜੀ ਨਹੀਂ, ਤੁਸੀਂ ਇੱਥੇ ਹੀ ਜਮੇ ਰਹੋ। ਮੈਂ ਜਮਿਆ, ਅਸੀਂ ਤੁਹਾਡੇ ਨਾਲ ਆ। ਆਓ ਜੀ, ਕੀ ਹਾਲ ਨੇ? ਠੀਕ ਹੋ? ਜੀ ਸਾਨੂੰ ਵੱਡੇ ਸਾਹਿਬ ਨੇ ਭੇਜਿਆ ਕਿ ਇੱਥੇ ਕੋਈ ਰੇਹੜੀ ਵਾਲੇ ਤੇ ਹੋਰ ਲੋਕੀ ਇਲਾਕੇ ਦਾ ਅਮਨ ਖਰਾਬ ਕਰ ਰਹੇ ਨੇ। ਅਮਨ ਖਰਾਬ ਕਰ ਰਹੇ ਨੇ? ਉਹ ਬਿਲਕੁਲ ਸਹੀ ਹੈ। ਦੇਖੋ ਜੀ, ਹਕੂਮਤ ਇਹਨਾਂ ਲੋਕਾਂ ਤੋਂ ਬਹੁਤ ਤੰਗ ਹੈ, ਕੰਮ ਆਪ ਨਹੀਂ ਕਰਦੇ ਤੇ ਫਿਰ ਹੱਥ ਚੁੱਕ ਚੁੱਕ ਕੇ ਹਕੂਮਤਾਂ ਨੂੰ ਮਿਹਣੇ ਦਿੰਦੇ ਨੇ ਤੇ ਤਾਨੇ ਮਾਰਦੇ ਨੇ, ਕਰ ਲੈਣੇ ਇਹਨਾਂ ਦਾ ਬੰਦੋਬਸਤ। ਜੀ ਸਹੀ ਕਹਿ ਰਹੇ ਜੀ, ਸਹੀ ਕਹਿ ਰਹੇ ਹੋ। ਇਹ ਲੋਕੀ ਨਾ ਆਪਣੇ ਬਣਾ ਲਾ ਲੈਂਦੇ ਸ਼ੁਕਰ ਕਰਦੇ ਆ, ਨਾ ਹੁੰਦਾ ਤਾਂ ਸ਼ੁਕਰ ਕਰਦੇ। ਇਹਨਾਂ ਦਾ ਰਾਦਾ ਚੰਗਾ ਮੱਖੂ ਠੱਪਣਾ ਹੈ, ਤੁਹਾਨੂੰ ਇਸੇ ਕੰਮ ਵਾਲੀ ਰਹਿ ਗਈ ਹੈ ਜੀ ਕਿ ਇਹਨਾਂ ਦੇ ਘਰ ਰਾਸ਼ਨ ਪਹੁੰਚਾਏ, ਕਰ ਲੈਂਦੇ ਆ ਬੰਦੋਬਸਤ। ਆ ਲੈਂਦੋ, ਦੇਖ ਲੈਂਦੇ ਆ ਜੀ। ਬਿਲਕੁਲ ਲੈ ਜੋ, ਲੈ ਜੋ ਪੇਟ ਭਰਦੀ ਸ਼ਕਰਕੰਦੀ। ਓਏ ਬਦਮਾਸ਼ਾ, ਤੂੰ ਫੇਰ ਆ ਗਿਆ ਹੈ? ਅਸੀਂ ਥਾਂ ਤੇ ਲਿਜਾ ਕੇ ਮਾਰਾਂਗਾ ਤੇ ਸਾਰੀ ਉਮਰ ਲੱਭਦੇ ਰਹਾਂਗੇ ਤੈਨੂੰ। ਉੱਥੇ ਤਾਂ ਮਰ ਰਹੇ ਜਨਾਬ, ਲਸੰਸ ਵਿਖਾ ਰੇੜੀ ਦਾ। ਮੇਰੇ ਪਿਓ ਦਾਦੇ ਨੇ ਆਹੀ ਚੀਜ਼ਾਂ ਵੇਚ ਕੇ ਤੁਹਾਡੇ ਪਿਓ ਦਾਦੇ ਦੀ ਖਿਦਮਤ ਕੀਤੀ ਹੈ। ਇਹ ਕਿਹੜਾ ਕੋਈ ਅਪਰਾਧ ਹੈ ਰੇੜੀ ਸ਼ਕਰਕੰਦੀ ਵੇਚਣਾ? ਅਸੀਂ ਕਿਹੜਾ ਕੋਈ ਨਜਾਇਜ਼ ਚੀਜ਼ ਵੇਚਦੇ ਹਾਂ ਕਿ ਜਾਂ ਕਿਸੇ ਥਾਂ ਮੱਲੇ ਬੈਠੇ ਹਾਂ? ਸਾਡੇ ਕੋਲ ਕੋਈ ਲਾਇਸੈਂਸ ਹੈ ਨਹੀਂ, ਹੈ ਨਹੀਂ ਲਾਇਸੈਂਸ ਮੇਰੇ ਕੋਲ ਕੋਈ। ਬਕਵਾਸ ਕਰ ਰਹੇ ਹੋ। ਓਏ ਨਾਜ਼, ਓਏ ਨਾਜ਼, ਮੈਨੂੰ ਫੇਰ ਕਹਿ ਰਿਹਾ ਲਸੰਸ ਵਿਖਾ ਰੇੜੀ ਦਾ। ਨਾ ਮੈਨੂੰ ਪਤਾ ਮੈਂ ਕਿੱਥੇ ਆ, ਨਾ ਘਰ ਵਾਲਿਆਂ ਨੂੰ ਪਤਾ ਮੈਂ ਕਿੱਥੇ ਆ। ਸਵੇਰੇ ਘਰੋਂ ਆਈਦਾ, ਸਾਰਾ ਦਿਨ ਸ਼ਹਿਰ ਦਾ ਕਫਨ ਪਾ ਕੇ ਸ਼ਾਮ ਨੂੰ ਬਿਨਾਂ ਬੱਤੀ ਤੇ ਬਿਨਾਂ ਪਾਣੀ ਵਾਲੇ ਕਬਰ ਵਿੱਚ ਚਲੇ ਜਾਂਦੇ। ਔਰ ਤੁਸੀਂ ਇੱਥੇ ਮਾਰ ਦਿਓ ਜਾਂ ਇੱਥੇ ਮਾਰ ਕੇ ਕਿਤੇ ਹੋਰ ਪੂਰ ਦਿਓ, ਕੀ ਫਰਕ ਪੈਂਦਾ, ਕੀ ਫਰਕ ਪੈਂਦਾ? ਦੋ ਸਾਵਾਂ ਦੀ ਮਾਰ ਹੈ ਬੰਦਾ ਐਵੇਂ ਥਾਂ ਥਾਂ ਚੌੜਾ ਹੁੰਦਾ ਹੈ। ਕਾਲੇ ਨਾਗਾਂ ਨਾਲੋਂ ਗਹਿਰੀ ਬੰਦੇ ਅੱਜ ਕੱਲ੍ਹ ਦੇ, ਕਿਉਂ ਨੀ ਸੋਚਦੇ ਪ੍ਰਾਹੁਣੇ ਆ ਅਸੀਂ ਘੜੀ ਪਾਲਦੇ? ਰਹਿਮ ਕਰ ਸਖੀਆ, ਰਹਿਮ ਕਰ, ਰਹਿਮ ਰਹਿਮ। ਤੈਨੂੰ ਮੈਂ ਫੇਰ ਕਹਿ ਰਿਹਾ ਸਮਝ ਮਖਾ, ਉਹ ਤੂੰ ਮੁਲਕਾਂ ਦੇ ਖਿਲਾਫ ਗੱਲਾਂ ਕਰਦਾ ਪਿਆ, ਉਹ ਤੁਸੀਂ ਦਿੱਤਾ ਕੀ ਅੱਜ ਤੱਕ ਮੁਲਕ ਨੂੰ? ਪੇਟ ਤਾਂ ਤੁਹਾਡੇ ਵੀ ਲੱਗਿਆ ਹੋਇਆ ਔਰ ਭਰਿਆ ਹੋਇਆ, ਤੁਹਾਡੇ
ਤੁਹਾਡੇ ਨਾਲ ਸਾਡੇ ਇਬਾਦਤਗਾਹ ਦੇ ਰਖਵਾਲੇ ਤੇ ਅਮੀਰ ਆਦਮੀ ਦੇ ਵੀ ਪਰ ਸਾਰੇ ਦੇ ਪੇਟ ਭਰੇ ਹੋਏ ਨੇ। ਤੁਸੀਂ ਮੁਲਕ ਤਾਂ ਬਣੇ ਹੀ ਇਸ ਲਈ ਕਿ ਮੈਂ ਤੇ ਮੇਰੇ ਬੱਚੇ ਭੁੱਖੇ ਰਹਿਣ। ਇਹ ਮੁਲਕ ਬਣੇ ਇਸ ਲਈ ਹੈ ਕਿ ਕੋਈ ਸਰਕਾਰੀ ਅਫਸਰ ਸਵੇਰੇ ਆ ਕੇ ਪੁੱਛੇ ਕਿ ਅਸੀਂ ਮੁਲਕ ਨੂੰ ਦਿੱਤਾ ਕੀ ਹੈ। ਜਵਾਨੀ ਦੇ ਤੀ ਬਚਪਨ ਦੇ ਪਰ ਲਿਆ ਕੀ ਅਸੀਂ ਇੱਥੋਂ ਗਾਲਾਂ। ਗਲੀਆਂ ਕੇ ਆਵਾਰਾ ਬੇਕਾਰ ਕੁੱਤੇ ਓਏ ਓ ਸਾਨੂੰ ਕੁੱਤਾ ਅਸੀਂ ਤੁਹਾਨੂੰ ਕੀ ਕਹਿਣਾ। ਓਏ ਗਰੀਬੀ ਨੇ ਤੇ ਸਾਡੇ ਜਜ਼ਬਾਤ ਤੇ ਸਾਡੀ ਜ਼ਬਾਨ ਚ ਫਾਸਲਾ ਹੀ ਬੜਾ ਕਰਤਾ ਜੋ ਸਾਡੇ ਦਿਲ ਚ ਅਸੀਂ ਕਹਿ ਨਹੀਂ ਸਕਦੇ। ਉਹ ਤੇ ਫੈਜ਼ ਨੂੰ ਵੀ ਪਤਾ ਸੀ ਐਵੇਂ ਉਹਨੇ ਕਹਿ ਦਿੱਤਾ ਕਿ ਗਲੀਓ ਕੇ ਆਵਾਰਾ ਬੇਕਾਰ ਕੁੱਤੇ ਨਾ ਸਾਡੇ ਕੋਲੋਂ ਭੌਂਕਿਆ ਜਾਂਦਾ ਨਾ ਸਾਡੇ ਕੋਲੋਂ ਵੱਢਿਆ ਜਾਂਦਾ। ਸਾਡੀ ਪੂਛਲ ਹਿਲਦੀ ਰਵੇ ਤੇ ਤੁਹਾਡੇ ਘਰ ਦੇ ਤੇ ਜੇ ਭੌਂਕੀਏ ਤੇ ਗਲੀ ਦੇ ਆਖਰੀ ਵਾਰੀ ਕਹਿ ਰਿਹਾ ਲਸੰਸ ਵਾਰ ਰੇੜੀ ਦਾ ਤੈਨੂੰ ਜਾਂਚ ਕਿਨੇ ਦੀ ਪੀਤ ਹੈ ਰੇੜੀ ਲਾਣ ਦੀ। ਐਨੀ ਕੋਈ ਲਾਇਸੈਂਸ ਮੇਰੇ ਕੋਲ ਕੋਈ ਲਾਇਸੈਂਸ ਹੈ ਨਹੀਂ। ਓਏ ਓਏ ਤੈਨੂੰ ਕਿਹਾ ਸੀ ਓਏ ਸ਼ਕਰਗੰਦੀ ਵੇਚ ਜੇ ਨਹੀਂ ਵਿਕਦੀ ਤੇ ਆਪਣੇ ਆਪ ਨੂੰ ਵੇਚ। ਉਹ ਨਾ ਤੂੰ ਆਪਣੇ ਆਪ ਨੂੰ ਵੇਚ ਰਿਹਾ ਨਾ ਤੇਰੀ ਸ਼ਕਰਗੰਦੀ ਵਿਕਦੀ। ਉਹ ਮਾਰੇ ਨੂੰ ਮਾਰੇ ਨੂੰ ਇਹਨੂੰ 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 ਮੇਰੀ ਦਵਾਈ ਦੀ ਜ਼ਰੂਰਤ ਪੈ ਗਈ। ਜਦੋਂ ਟੇਡਾ ਲੱਗਦਾ ਤੇ ਟੁੱਟਦੀਆਂ ਭੱਜਦੀਆਂ ਰੱਬ ਨੇ ਬਣਾਈਆਂ ਦੇਖੋ ਕੱਚਦੀਆਂ ਸੂਰ ਟੇਡਾ ਲੱਗਦਾ ਤੇ ਟੁੱਟਦੀਆਂ ਭੱਜਦੀਆਂ ਆ ਗਈ। ਥੱਕ ਸੋ ਗਿਆ ਲੈ ਜਾਓ ਮੈਨੂੰ ਕੋਈ ਮੇਰਾ ਨਮਾਜ਼ ਵੀ ਕਿਤੇ ਥੱਕ ਕੇ ਸੋ ਗਿਆ ਹੁਣ ਗਰਮੀ ਚਲੀਏ ਸ਼ਕਰਗੰਦੀ ਦੀ ਆਵਾਜ਼ ਲਾਉਂਦਾ ਸੀ
ਰੌਣਕ ਹੋ ਜਾਂਦੀ ਸੀ, ਮਜ਼ਾ ਹੀ ਆਉਂਦਾ ਸੀ। ਪਤਾ ਇਹਨੂੰ ਕਿੱਥੇ ਰਹਿ ਗਿਆ? ਕੀ ਹਾਲ ਹੈ ਜਨਾਬ? ਕੀ ਹਾਲ ਹੈ? ਸੁਣੀ ਤੇ ਮੈਂ ਕਿਹਾ ਚਲੋ ਸਾਹਿਬ ਨਾਲ ਮਿਲ ਲਈਏ। ਬੜੀ ਮਿਹਰਬਾਨੀ। ਠੀਕ ਠਾਕ ਜੇ? ਸਭ ਠੀਕ ਹੈ, ਪਰ ਅੱਜ ਸ਼ਕਰਕੰਦੀ ਵਾਲਾ ਨਜ਼ਰ ਨਹੀਂ ਆ ਰਿਹਾ। ਇਸ ਵੇਲੇ ਤਾਂ ਆ ਹੀ ਜਾਂਦਾ। ਰੱਬ ਖੈਰ ਕਰੇ, ਕਿਸੇ ਬਿਮਾਰ ਸ਼ਮਾਰ ਤਾਂ ਨਹੀਂ ਹੋ ਗਿਆ? ਅਸੀਂ ਗੱਲ ਕੀਤੀ ਤੇ ਮੈਨੂੰ ਚੇਤਾ ਆਇਆ। ਮੈਂ ਬੱਚਿਆਂ ਨੂੰ ਭੇਜਿਆ ਜਾ ਕੇ ਦੂਸਰੀ ਗਲੀ ਦੇਖ ਕੇ ਆ। ਇਹ ਬੱਚੇ ਵੀ ਬੜੇ ਹੀ ਬੱਚੇ ਨੇ, ਉਹ ਜਿੱਥੇ ਜਾਂਦੇ ਨੇ ਖੇਡੀ ਪੈ ਜਾਂਦੇ ਨੇ। ਰੱਬ ਖੈਰ ਕਰੇ, ਰੱਬ ਖੈਰ ਕਰੇ। ਤੁਸੀਂ ਦੁਆ ਕਰੋ, ਉਹ ਇੱਕ ਦਿਨ ਵੀ ਅਗਰ ਰੇੜੀ ਨਾ ਚਲਾਏ ਨਾ ਤੇ ਉਹਦੇ ਰੋਜ਼ੀ ਤੇ ਅਸਰ ਪਾਉਂਦਾ ਹੈ। ਬਿਲਕੁਲ ਸਹੀ ਹੈ ਜੀ। ਕਿੱਥੇ ਰਹਿ ਗਿਆ ਸੀ ਤੂੰ? ਅਸੀਂ ਸਾਰੇ ਤੇਰਾ ਇੰਤਜ਼ਾਰ ਕਰ ਰਹੇ ਸੀ। ਤੇਰੀ ਸ਼ੇੜੀ ਅੱਜ ਕਿੰਨੀ ਪਿਆਰੀ ਲੱਗ ਰਹੀ ਹੈ। ਓਏ ਤੂੰ ਸ਼ਕਰਕੰਦੀ ਵੀ ਬੜੀ ਸੋਹਣੀ ਲੱਗ ਰਹੀ ਹੈ, ਤੂੰ ਸ਼ੈਂਪੂ ਨਾਲ ਤੇ ਨ਀ ਧੋਤੀ ਇਹਨੂੰ? ਵਾਹ ਜੀ ਵਾਹ, ਬਸ ਅਸਾਂ ਜਨਾਬ ਦੀ ਮਿਹਰਬਾਨੀ ਹੈ। ਮੈਨੂੰ ਕਹਿੰਦੇ ਨਾ ਮੇਰਾ ਤਬਾਦਲਾ ਹੋਣਾ ਤੇ ਤੇਰਾ ਲਾਇਸੈਂਸ ਮੈਂ ਬਣਾ ਕੇ ਜਾਊਂਗਾ ਤੇ ਤੈਨੂੰ ਕੋਈ ਹੋਰ ਉੱਤੇ ਤੰਗ ਨਾ ਕਰੇ। ਮੈਂ ਤਾਂ ਮੰਡੀ ਗਿਆ ਸਵੇਰੇ, ਉੱਥੇ ਦੁਕਾਨ ਤੇ ਪੈਸੇ ਸਾਰੇ ਲੈ ਲੈਂਦੇ ਸੀ, ਪਰ ਸ਼ਕਰਕੰਦੀ ਬਹੁਤ ਮਾੜੀ ਹੁੰਦੇ ਸੀ। ਇਹਨਾਂ ਨੇ ਕਿਹਾ ਓਏ ਹਕੂਮਤ ਆ ਬੰਦੇ ਦੇ ਨਾਲ ਹੈ, ਧਿਆਨ ਰੱਖਿਓ, ਇਹ ਇਕੱਲਾ ਨਹੀਂ, ਹਕੂਮਤ ਇਹਦੀ ਨਿਗਰਾਨੀ ਕਰਦੀ ਹੈ। ਤੇ ਬਸ ਜਨਾਬ ਤੁਹਾਡੇ ਸਾਹਮਣੇ ਹੈ 12। ਵਾਹ ਜੀ ਵਾਹ। ਉਹ ਪੁੱਤਰ ਅਸੀਂ ਵੀ ਤੇਰੇ ਲਈ ਬਹੁਤ ਦੁਆਵਾਂ ਕੀਤੀਆਂ ਸੀ। ਹਾਂ ਆਹੋ, ਤੇ ਦੇਖ ਤੇਰੇ ਕਿਵੇਂ ਦਿਨ ਫਿਰ ਗਏ ਹੈ। ਮੈਂ ਤੇ ਆਪ ਬਾਦਲ ਕਰਨ ਵਾਲਿਆਂ ਨੂੰ ਲੋਕਾਂ ਨੂੰ ਕਹਿਣਾ ਕਿ ਸ਼ਕਰਕੰਦੀ ਇਸ ਭਰਾਤ ਨੂੰ ਲਿਆ ਕਰੋ ਜਦੋਂ ਵੀ ਆਵੇ, ਤੇ ਇਹਦੀ ਵਿਕਰੀ ਕਰਾਓ ਹੈ ਜੀ, ਤੇ ਇਹਨੂੰ ਇਹਦੇ ਨਾਲ ਬਹਿ ਕੇ ਗੱਲਾਂ ਕਰੋ, ਬੜੀ ਦੂਰੋਂ ਲੈ ਤੇ ਇਹਦੇ ਨਾਲ ਬਹੁਤ ਪਿਆਰ ਮੁਹੱਬਤ ਕਰੋ। ਰੰਗ ਬਰੰਗੀ ਦੁਨੀਆਂ ਸੋਹਣੀ ਤੇ ਸਤਰੰਗੀ, ਦੁਨੀਆਂ ਸੋਹਣੀ ਤੇ ਸਤਰੰਗੀ, ਲੋਕੀ ਬੜੇ ਖੁਸ਼ ਨੇ ਚਮਕਣ ਚੂੜੀਆਂ, ਲੋਕੀ ਬੜੇ ਖੁਸ਼ ਨੇ ਚਮਕਣ ਚੂੜੀਆਂ, ਚਮਕਣ ਚਮਕਣ ਚੂੜੀਆਂ, ਚਮਕਣ 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 ਚੂੜੀਆਂ। ਆ ਗਿਆ ਓਏ ਕੁਦਰਤ ਦੀ ਦੇਖ, ਓਏ ਮਿੱਠੇ ਹੋ ਗਏ ਮੇਵੇ ਤੇ ਹਰ ਚੈ ਹੋ ਗਈ ਸ਼ੀਰੀ, ਦੂਰ ਹੋਈ ਦਿਲਗੀਰੀ, ਦੂਰ ਹੋਈ ਦਿਲਗੀਰੀ। ਬਾਪ ਸੁਕਾ ਕਰ ਹਰਿਆ, ਬੂਟਾ ਮੇਰੀ ਆਸ ਉਮੀਦ ਦਾ, ਕਰਦੇ ਮੇਵਾ ਹਰਿਆ, ਤੇ ਜਾ ਸਖੀਆ ਰਾਹੇ ਖੁਦਾ। ਮੈਂ ਤੇ ਨਵਾਜ਼ ਕਦੋਂ ਦੇ ਤੁਹਾਡਾ ਇੰਤਜ਼ਾਰ ਕਰਦੇ ਸੀ, ਚਲੋ ਘਰ ਚੱਲੋ, ਚਾਹ ਪੀਆਂਗੇ ਤੇ ਤੋਹਫੇ ਖੋਲਾਂਗੇ। ਸਾਡੇ ਹੱਥ ਓਏ ਏਡਾ ਸੋਹਣਾ, ਓਏ ਇੰਨੀਆਂ ਖੁਸ਼ੀਆਂ, ਓਏ ਸਾਡੇ ਸਾਰੇ ਅਫਸਰ ਔਰ ਸਾਡੀਆਂ ਭੈਣਾਂ ਮਾਵਾਂ ਸਭ ਚੰਗੇ ਖੁਸ਼, ਓਏ ਮੈਂ ਲਾਣਤ ਭੇਜਾਂ ਨਸ਼ੇ ਤੇ। ਆਹਾਹਾ ਓਏ ਚੰਗਾ ਸੁਣਿਆ ਤੇ ਰੱਬ ਵੀ ਚੰਗਾ ਨਹੀਂ ਲੱਗਦਾ, ਨਸ਼ਾ ਤੇ ਸਿਹਤ ਵੀ ਚੰਗਾ ਨਹੀਂ, ਓ ਮੈਂ ਲਾਣਤ ਭੇਜਾਂ ਨਸ਼ੇ ਤੇ। ਮੈਂ ਚਲਿਆ ਤੇ ਸ਼ਕਰਕੰਦੀ ਘਰ ਪਹੁੰਚ ਗਈ। ਮੈਂ ਬੇਗਮ ਦੇ ਖਾਣੇ
ਓਏ ਦਿਨ ਚੜ ਗਿਆ ਓਏ, ਓਏ ਸੂਰਜ ਸਿਰ ਤੇ ਆ ਗਿਆ, ਇਹ ਸੁੱਤਾ ਹੀ ਪਿਆ ਪੋਸਤੀ। ਓਏ ਉੱਠ ਜਾ ਪੋਸਤੀ ਆ, ਉੱਠ ਜਾ, ਓਏ ਉੱਠ ਜਾ, ਸੂਰਜ ਸਵਾ ਨੇਜ਼ੇ ਤੇ ਆ ਗਿਆ। ਓਏ ਉੱਠ, ਚੱਲ ਕੇ ਸ਼ਕਰਗੰਦੀ ਖਰੀਦਣੀ ਆ, ਮੰਡੀ ਜਾਣਾ ਹੈ ਯਾਰ। ਓਏ ਕੀ ਮਸਲਾ ਯਾਰ, ਕਿਉਂ ਨਹੀਂ ਸੌਣ ਦਿੰਦਾ? ਕਿਤੇ ਦੁਨੀਆ ਵਾਲੇ ਟਿਕਟ ਦਿੰਦੇ, ਸਵੇਰੇ ਤੂੰ ਨਹੀਂ ਸੌਣ ਦਿੰਦਾ, ਮਸਲਾ ਕੀ ਹੈ ਤੇਰਾ? ਓਏ ਜਾਣਾ ਯਾਰਾ, ਕੰਮ ਤੇ ਜਾਣਾ, ਰੋਟੀ ਕਮਾਣੀ ਆ, ਤੂੰ ਸੁੱਤਾ ਪਿਆ, ਨਸ਼ਾ ਮੈਂ ਕਰਦਾ, ਚੜ੍ਹਦਾ ਤੈਨੂੰ ਜਦੋਂ ਤੇਰਾ ਨਸ਼ਾ ਲੈਂਦਾ ਨਾ, ਜਦੋਂ ਤੇਰਾ ਨਸ਼ਾ ਲੈਂਦਾ ਨਾ, ਤੂੰ ਵੀ ਗੱਲਾਂ ਕਰਦਾ ਪਹੁੰਚੀ ਵੀ ਸਰਕਾਰ ਵਰਗੀਆਂ। ਉਹ ਪੈ ਜਾ ਤੇ ਮੈਨੂੰ ਵੀ ਪੈਣ ਦੇ ਕਿਤੇ। ਨਾ ਕਰ ਨਾ ਕਰ, ਜੇ ਥੱਕ ਗਿਆ ਅੱਜ ਤੇ ਮੈਂ ਤੇਰੀ ਕੁਛ ਵਿਹੜੀ ਨੂੰ ਧੱਕਾ ਲਾ ਦਿਆਂਗਾ, ਵਾਦਾ ਤੂੰ ਲਾ ਲਈ ਸ਼ਕਰਗੰਦੀ ਸ਼ਕਰਗੰਦੀ, ਧੱਕ ਮੈਂ ਦਿਆਂਗਾ। ਓਏ ਕੀ ਹੋਇਆ ਜੇ ਮੈਂ ਨਸ਼ਾ ਕਰਦਾ ਤੇ? ਸੌਣ ਦੇ ਯਾਰ, ਪਤਾ ਮੈਂ ਕਿੱਥੇ ਗਿਆ ਸੀ ਨਾ, ਓਏ ਉੱਥੇ ਜੰਨਤ ਵਰਗੀ ਜਗ੍ਹਾ ਸੀ ਤੇ ਫਰਿਸ਼ਤੇ ਵਰਗੇ ਲੋਕ, ਉਹ ਦੁੱਧ ਦੀਆਂ ਨਦੀਆਂ ਵਗ ਰਹੀਆਂ ਸੀ ਉੱਥੇ। ਤੈਨੂੰ ਪਤਾ ਆਪਣੀ ਸ਼ਕਰਗੰਦੀ ਤੋਂ ਮਿੱਠੀ ਕੋਈ ਹੋਰ ਚੀਜ਼ ਨਹੀਂ ਸੀ ਉੱਥੇ, ਸਾਰੇ ਸ਼ਕਰਗੰਦੀ ਨੂੰ ਬਹੁਤ ਪਿਆਰ ਕਰਦੇ ਸੀ, ਸਾਰੇ ਜਵਾਕ ਬੁੱਢੇ ਬੱਚੇ ਸਾਰੇ। ਖੈਰ ਹੋਵੇ, ਰਾਤਾਂ ਨੂੰ ਕਿੱਥੇ ਜਾਣ ਲੱਗ ਪਿਆ, ਓਏ ਮੈਨੂੰ ਛੱਡ ਕੇ ਕਿੱਥੇ ਜਾਣਾ ਤੂੰ, ਕਿਤੇ ਦਿਲ ਤੇ ਨਹੀਂ ਲਾ ਬੈਠਾ ਕਮਰਿਆ? ਸੁੱਖੀਆਂ ਗੱਲਾਂ ਨਾ ਕਰਿਆ ਕਰ, ਜਾ ਪੈ ਜਾ, ਪੈਣ ਦੇ ਮੈਨੂੰ ਵੀ ਦੋ ਘੜੀ ਆਰਾਮ ਕਰਨ ਦੇ। ਮੈਨੂੰ ਲੱਗਦਾ ਤੂੰ ਮੇਰੇ ਨਾਲ ਜ਼ਿਆਦਾ ਮੇਰੀ ਰੇੜੀ ਨੂੰ ਪਿਆਰ ਕਰਨ ਲੱਗ ਗਿਆ। ਚੱਲ ਵਾਅਦਾ ਰਿਹਾ ਤੇਰੇ ਨਾਲ, ਜਦੋਂ ਤੇਰਾ ਜਨਾਜ਼ਾ ਉੱਠੂਗਾ ਨਾ, ਤਾਂ ਮੈਂ ਇਸੇ ਰੇੜੀ ਤੇ ਕੱਢੂਗਾ। ਪਰ ਯਾਰ ਜੇ ਤੇਰੇ ਤੋਂ ਪਹਿਲਾਂ ਮੈਨੂੰ ਧੱਕਾ ਲੱਗ ਗਿਆ ਤਾਂ ਮੇਰੇ ਨਾਲ ਵਾਅਦਾ ਕਰ, ਵਾਅਦਾ ਕਰ ਮੇਰੇ ਨਾਲ। ਉਹ ਨਾ ਕਰ, ਨਾ ਕਰ, ਯਾ ਰੇੜੀ ਮੇਰੇ ਨਾਲ ਪੂਰ ਦੇਗਾ। ਉਹ ਨਾ ਕਰ, ਉੱਠ ਜਾ, ਜਿੱਥੇ ਜਾਣਾ ਮੈਂ ਲੈ ਜਾਂਦਾ ਤੈਨੂੰ, ਉੱਠ ਜਾ, ਉੱਠ ਜਾ ਸੋਹਣਿਆ, ਉੱਠ ਜਾ। ਓਏ ਭਾਬੀ, ਉਹ ਛੋਟੀ ਨਿੱਕੀ ਏ, ਉਹ ਕੀ ਹੋ ਗਿਆ ਮੇਰੇ ਯਾਰ ਨੂੰ? ਓਏ ਕੋਈ ਡਾਕਟਰ ਬੁਲਾਓ। ਉੱਠ ਜਾ, ਉੱਠ ਜਾ, ਤੂੰ ਤੇ ਮੈਨੂੰ ਰੇੜੀ ਤੇ ਪਾ ਕੇ ਲੈ ਕੇ ਜਾਣਾ ਸੀ। ਓਏ ਸ਼ਕਰਕੰਦੀ ਸ਼ਕਰਕੰਦੀ ਮਿੱਠੀ ਸ਼ਕਰਕੰਦੀ, ਲੈ ਜਾ ਜਾਂਦੀ ਬਾਹਰ ਦੇ ਸੌਦੇ, ਲੈ ਜਾ
ਜਾਂਦੀ ਬਾਰ ਦੇ ਸੌਦੇ ਲੈ ਜੋ ਯਾਰਾਂ ਦੇ ਯਾਰ ਦੇ ਸੌਦੇ ਲੈ ਜੋ ਯਾਰਾਂ ਦੇ ਯਾਰ ਦੇ ਸੌਦੇ ਇਹ ਤੇਰੇ ਪਿਓ ਦੇ ਮਰਨ ਦਾ ਬੜਾ ਹੀ ਅਫਸੋਸ ਹੋਇਆ ਬੜਾ ਕੋਈ ਚੰਗਾ ਬੰਦਾ ਸੀ ਪਰ ਤੂੰ ਫਿਕਰ ਨਾ ਕਰ ਉਹ ਜਿੱਦਾਂ ਅਸੀਂ ਉਹਦਾ ਖਿਆਲ ਰੱਖਿਆ ਸੀ ਉਸੇ ਤਰ੍ਹਾਂ ਹੀ ਅਸੀਂ ਤੇਰਾ ਖਿਆਲ ਵੀ ਰੱਖਾਂਗੇ ਫਿਕਰ ਨਾ ਕਰੀ ਤੂੰ ਆਹੋ ਪੁੱਤਰ ਆਹੋ ਅਸੀਂ ਉਹਦੇ ਲਈ ਵੀ ਬਹੁਤ ਦੁਆਵਾਂ ਕੀਤੀਆਂ ਸੀ ਤੇ ਤੇਰੇ ਲਈ ਵੀ ਬਹੁਤ ਦੁਆਵਾਂ ਕਰਾਂਗੇ ਉਹ ਬੜੀ ਚੰਗੀ ਜਗ੍ਹਾ ਫੈਲ ਗਿਆ ਸਾਡੀਆਂ ਦੁਆਵਾਂ ਤੇਰੇ ਨਾਲ ਵੀ ਘਬਰਾਈ ਨਾ ਹਕੂਮਤ ਤੇਰੇ ਨਾਲ ਹੈ ਪਹਿਲੇ ਹਕੂਮਤ ਨੇ ਤੇਰੇ ਪਿਓ ਦਾ ਵੀ ਬੜਾ ਸਾਥ ਦਿੱਤਾ ਹੁਣ ਤੇਰਾ ਵੀ ਸਾਥ ਦੇਗੀ ਹਕੂਮਤ ਘਬਰਾ ਨਾ ਟੁਰ ਗਿਆ ਯਾਰ ਮੁਹੱਬਤ ਵਾਲਾ ਤੇ ਲੈ ਗਿਆ ਨਾਲੀ ਹਾਸੇ ਉਹ ਦਿਲ ਨਹੀਂ ਲੱਗਦਾ ਮੁਹੰਮਦ ਬਖਸ਼ਾ ਉਹ ਜਾਈਏ ਕਿਹੜੇ ਪਾਸੇ ਉਹ ਤੁਸੀਂ ਤੇ ਲੈ ਜਾਓ ਗਲੀ ਵਾਲੇ ਓ ਸਾਡੇ ਸੋਹਣੇ ਯਾਰ ਦੇ ਸੌਦੇ ਰੰਗ ਬਿਰੰਗੀ ਵਨ ਸੁਵੰਨੇ ਰੰਗ ਬਿਰੰਗੀ ਵਨ ਸੁਵੰਨੇ ਚੂੜੀਆਂ ਦੀ ਛਣਕਾਰ ਦੇ ਸੌਦੇ ਚੂੜੀਆਂ ਦੀ ਛਣਕਾਰ ਦੇ ਸੌਦੇ ਓਏ ਮੁੱਕਦੀ ਨਹੀਂ ਜਿਹੜੀ ਵਾਂਗੂੜੀ ਕਾਂ ਮੇਰੀ ਉਸੇ ਸ਼ਾਮ ਦੇ ਸਦਕੇ ਦੁਨੀਆਂ ਦੇ ਸਾਰੇ ਫਲ ਬੂਟੇ ਉਸ ਸੋਹਣੇ ਦੇ ਪਿਆਰ ਦੇ ਸੌਦੇ ਓਏ ਤੁਸੀਂ ਤੇ ਲੈ ਜਾਓ ਗਲੀ ਵਾਲਿਓ ਓਏ ਸਾਡੇ ਸੋਹਣੇ ਯਾਰ ਦੇ ਸੌਦੇ ਮਿੱਠੀ 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 ਗੰਦੀ 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 ਮਿੱਟੀ ਦੇ ਵਿੱਚ ਮਿੱਟੀ ਉਹ ਮਿੱਟੀ ਹੋ ਵੀ ਗਈ ਤੇ ਫੇਰ ਕੀ ਹੋਇਆ ਓਏ ਸਵਾਹ ਚ ਸੁੱਟ ਕੇ ਨੇਰ ਫੁਲਾ ਦਿਓ ਕੰਦੀ 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 ਗੰਦੀ 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 ਓਏ ਪਾਣੀ ਚ ਪਾ ਕੇ ਅੱਗਾਂ ਲਾ ਦਿਓ ਓਏ ਦਿਨ ਚੜ੍ਹਨਾ ਤੇ ਮਿੱਠੀ 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 ਗੰਦੀ ਕੰਦੀ ਕੰਦੀ ਗੰਦੀ ਕੰਦੀ 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 ਔਫਰ ਕਰਕੇ ਲਾਏ ਹੋ ਕਲ ਚਲੋ ਥੈਂਕ ਯੂ ਵੈਰੀ ਮਚ ਸਰੂਪ
ਸਿੰਘ ਜੋਹਲ। ਸੁਮੀਤ ਕੌਰ। ਮੌਲੀ ਜੋਹਲ। ਨਾਹਤ ਤਿਵਾਈ। ਡਾਕਟਰ ਅਫਜ਼ਲ ਮਹਿਮੂਦ। ਪੁਲਿਸ ਅਫੀਸਰ ਅਸ਼ਰਫ ਖਾਨ। ਸਰਕਾਰੀ ਅਫਸਰ ਇਹਤਸ਼ਾਮ ਯੂਸਫ। ਮੈਨੇਜਰ ਫੋਰ ਸਟੇਜ ਜ਼ੀਸ਼ਾਨ ਅਸਲਮ। ਸਖਤ ਦਿਲ ਅਮੀਰ ਆਦਮੀ। ਔਰ ਚੀੜਾ ਇਬਾਦਤ ਗੁਜ਼ਾਰ। ਡਰਾਮੇ ਦਾ ਡਾਇਰੈਕਟਰ। ਮੈਂ ਤੇ ਸਾਡੀ ਸਾਰੀ ਟੀਮ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਥੇ ਆਏ ਤੇ ਸਾਨੂੰ ਹੌਸਲਾ ਦਿੱਤਾ। ਅਸੀਂ ਕੋਈ ਪ੍ਰੋਫੈਸ਼ਨਲ ਅਦਾਕਾਰ ਨਹੀਂ ਹੈਗੇ, ਲੇਕਿਨ ਇਹ ਕਿ ਭੈਣ ਭਰਾ ਬੈਠੇ ਹੋ ਤੁਸੀਂ ਸਾਰੇ, ਤਾਂ ਸਾਨੂੰ ਹੌਸਲਾ ਸੀ। ਕੋਈ ਪਰਦੇਸੀ ਕੋਈ ਪਰਾਏ ਲੋਕ ਨਹੀਂ ਸੀ ਬੈਠੇ ਹਾਲ 'ਚ, ਅਤੇ ਅਸੀਂ ਕਰ ਗਏ। ਅੱਛਾ, ਇਵੇਂ ਹੈ ਕਿ ਮੈਂ ਦੋ ਚਾਰ ਲੋਕਾਂ ਨੂੰ ਬੁਲਾਉਣਾ ਚਾਹ ਰਿਹਾ ਸਟੇਜ 'ਤੇ। ਠੀਕ, ਇੱਕ ਤਾਂ ਥੈਂਕ ਯੂ ਵੈਰੀ ਮੱਚ ਡਾਕਟਰ ਮੋਹਸਨ ਆਰਜ਼ੂ ਫੋਰ ਦੈਟ ਟਾਈਟਲ ਸੌਂਗ। ਆ ਗਏ, ਉੱਪਰ ਆ ਜਾਂਦੇ, ਉੱਪਰ ਆ ਜਾਂਦੇ। ਅੱਛਾ, ਸਾਡੇ ਦੋ ਜਿਹੜੇ ਦੋਸਤ ਸੱਜਣ ਮਿੱਤਰ ਬੇਲੀ, ਉਹਨਾਂ ਨੇ ਪੂਰੀ ਦੁਨੀਆ 'ਚ ਇਸ ਪ੍ਰੋਗਰਾਮ ਨੂੰ ਡਾਇਰੈਕਟ ਪਹੁੰਚਾਇਆ ਹੈਗਾ। ਮਿੰਟੂ ਬਰਾੜ ਜੀ, ਉੱਤੇ ਆ ਜਾਓ ਇੱਥੇ ਸਟੇਜ। ਕਿਉਂਕਿ ਕੋਈ ਚੀਜ਼ ਤਕਮੀਲ ਨਹੀਂ ਹੁੰਦੀ ਜਿੰਨੀ ਦੇਰ ਤੱਕ ਤੁਹਾਨੂੰ ਪਤਾ ਨਾ ਹੋਵੇ, ਸਾਨੂੰ ਪਤਾ ਨਾ ਹੋਵੇ ਕਿ ਪਿੱਛੇ ਜ਼ੋਰ ਹੈਗਾ ਦੋਸਤਾਂ ਦਾ। ਅਤੇ ਦੂਜੇ ਸਾਡੇ ਸੱਜਣ ਜਿਹੜੇ ਫੇਸਬੁੱਕ 'ਤੇ ਇਹਨੂੰ ਲਾਈਵ ਕਰ ਰਹੇ ਨੇ ਔਰ ਕਾਫੀ ਅੱਛਾ ਉਹਨਾਂ ਦਾ ਪ੍ਰਚਾਰ ਹੈਗਾ, ਦਿਲਜੀਤ ਬਖਸ਼ੀ ਸਾਹਿਬ। ਇਹਨਾਂ ਨੇ ਟਾਈਟਲ ਸੌਂਗ ਲਿਖਿਆ ਤੇ ਦੁਨੀਆ ਕਿਤਨੀ ਗੰਦੀ ਹੈ। ਮੈਂ ਇਹਨਾਂ ਦੀ ਇਜਾਜ਼ਤ ਦੇ ਬਗੈਰ ਤਿੰਨ ਲਾਈਨਾਂ ਅੱਗੇ ਪਾਤੀ ਹਾਂ ਕਿ ਕਾਸਬੀ ਵੀ ਬਾਕੀ ਹੈ। ਤੇ ਜੀ ਦਿਲਜੀਤ ਜੀ ਆ ਜਾਓ ਇੱਥੇ ਆ ਗਏ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਮੈਂ ਥੋੜ੍ਹੀ ਜਿਹੀ ਹੋਰ ਰਿਕੁਐਸਟ ਕਰ ਰਿਹਾ, ਦੋ ਚਾਰ ਬੰਦੇ ਹੋਰ ਵੀ ਬੁਲਾਉਣਾ ਚਾਹ ਰਿਹਾ, ਸਟੇਜ ਕਾਫੀ ਵੱਡਾ, ਹਾਲੇ ਵੀ ਥੋੜ੍ਹੇ ਲੋਕ ਆ ਗਏ। ਇਰਫਾਨ ਹਾਸ਼ਮੀ ਸਟੇਜ 'ਚ ਹੈਗਾ ਅਤੇ ਮੇਰਾ ਭਰਾ ਛੋਟਾ ਉੱਤੇ ਆ ਜਾਏ। ਹੈ ਕਲੀਮ ਉਮਰ, ਉੱਤੇ ਆ ਜਾ। ਨਥਿੰਗ ਇਜ਼ ਪੋਸੀਬਲ ਵਿਦਾਊਟ ਰਿਸੋਰਸਿਸ, ਸੋ ਦੇਰ ਆਰ ਰਿਸੋਰਸਿਸ ਪ੍ਰੋਵਾਈਡਡ ਬਾਏ ਮਾਸ਼ਾਅੱਲਾ ਸਰੂਪ ਜੀ। ਰਿਵਰਲੈਂਡ ਤੋਂ 4 ਘੰਟੇ ਦੀ ਡਰਾਈਵ ਕਰਕੇ ਆਪਣੇ ਪ੍ਰੈਕਟਿਸ ਕਰਨ ਆਉਂਦੇ ਹੁੰਦੇ ਸੀ। ਸੁਮੀਤ ਕੌਰ ਪੋਰਟ ਅਗਸਟਾ ਤੋਂ ਪ੍ਰੈਕਟਿਸ ਕਰਨ ਆਉਂਦੀ ਸੀ 12 ਅਤੇ ਕਿੱਥੇ ਨੇ ਆਪਣੇ ਕਲੀਨ। ਥੈਂਕ ਯੂ ਵੈਰੀ ਮੱਚ ਯਾਰ। ਇਹਦੀ ਹੁੰਦੀ ਹੁਣ
ਤੁਸੀਂ ਭਰਾਓ ਜੀ ਜੋ ਕਹੋਗੇ ਅਸੀਂ ਤਾਂ। ਔਰ ਆਪਣਾ ਮੇਰਾ 30-32 ਸਾਲ ਪੁਰਾਣਾ, ਇੰਨਾ ਵੀ ਪੁਰਾਣਾ ਨਹੀਂ ਹੈਗਾ, ਬਹਾਲ ਸਿੰਘ ਗਿੱਲ ਹੋਣਾ ਇੱਥੇ ਕਿਤੇ ਉੱਠ ਗਿਆ ਯਾਰ। ਹਾਂ ਜਾ ਆ ਜਾ, ਇੱਕ ਦਫ਼ਾ ਤੇ ਸਟੇਜ 'ਤੇ ਆਉਣਾ ਯਾਰ, ਇੱਕ ਦਫ਼ਾ ਆ ਜਾ ਗਗਨ ਸ਼ਰਮਾ ਆ ਗਏ ਹੋ ਕਿ ਕ੍ਰਿਕਟ ਚ ਮਸਰੂਫ ਹੋ ਲੈ? ਗਗਨ ਸ਼ਰਮਾ ਅਨਦਰ ਗੁੱਡ ਫਰੈਂਡ, ਤੇ ਉਹਨੇ ਵੀ ਸਪੋਰਟ ਕੀਤੀ ਤੇ ਹੋਰ ਤੇ ਆਪਣਾ ਕੋਈ ਸੱਜਣ ਮਿੱਤਰ। ਹਾਂ ਹਾਂ ਬੇਟੀ ਆਇਰਾ, ਤੂੰ ਵੀ ਆਉਣਾ, ਆਬਾ ਜੀ ਨੂੰ ਇਜਾਜ਼ਤ ਦਿੱਤੀ ਉਹਨੇ, ਪਹਿਲੀ ਦਫ਼ਾ ਆਈ ਸੀ। ਅੱਛਾ ਅੱਗੇ ਥੋੜ੍ਹੇ ਜਿਹੇ ਰਹਿ ਗਏ ਨਾ, ਉਹਨੂੰ ਬੁਲਾ ਲਓ, ਸਾਰੇ ਇਹਦੀ ਇਬਾਦਤ ਗਾਹ ਨਹੀਂ ਚੱਲੇ, ਲੋਕ ਇਹ ਵੀ ਫਿਕਰ ਹੈਗੀ ਹੈ ਕਿ ਇੱਕ ਹੋਰ ਮੌਲਵੀ ਨੇ ਸੰਭਾਲ ਲੈਣੀ। ਅੱਛਾ ਮੇਰਾ ਵੱਡਾ ਭਰਾ ਸਰੂਪ ਜੀ ਨਾਲ ਬਹੁਤ ਪੁਰਾਣੀ ਦੋਸਤੀ ਹੈ, ਰਿਵਰਲੈਂਡ ਦੇ ਮਾਲਕ ਨੇ, ਸਹੀ ਹੈ, ਤੇ ਇਹ ਕੁਛ ਤੁਹਾਡੇ ਗੋਸ਼ਤੀਦਾਰ ਦੀ ਗੱਲ ਕਰਨਾ ਚਾਹ ਰਹੇ ਜੀ। ਬਿਲਕੁਲ ਸਰਦਾਰ ਨੂੰ ਸੱਦਾ ਮੰਗਦਾ, ਕਿਉਂਕਿ ਇਹ ਪੰਜਾਬੀ ਐਸੋਸੀਏਸ਼ਨ ਦੇ ਮੋਹਰੀ ਨੇ। ਅਸੀਂ ਡਾਕਟਰ ਪ੍ਰੋਫੈਸਰ ਮੈਨੂੰ ਆਗਵਾਨ ਕਰਨਾ ਚਾਹੁੰਦੇ ਹਾਂ। ਹੋਰ ਜੀ ਮੈਂ ਕਿੱਦਾਂ ਸੋਹਣਾ ਲੱਗ ਰਿਹਾ, ਅੱਲਾ ਦੀ ਕਸਮੇ, ਇੱਕ ਪਾਸੇ ਮਿੰਟੂ ਖੜਾ, ਇੱਕ ਪਾਸੇ ਸਰੂਪ ਜੀ ਖੜੇ, ਸਹੀ ਹੈ, ਦਰਮਿਆਨ ਚ ਲਹਿੰਦਾ ਪੰਜਾਬ, ਦੋ ਪਾਸੇ ਚੜ੍ਹਦਾ ਪੰਜਾਬ, ਸਹੀ ਹੈ। ਬੜੇ ਦਿਨਾਂ ਦਾ ਡਰੀਮ ਸੀ ਇਹ ਕਿ ਮੈਂ ਕਿਤਾਬ ਛਾਪਾਂ, ਬਹਾਲ ਨੂੰ ਮੈਨੂੰ ਸੁਣਾਉਣੀ ਪੈਂਦੀ ਹਰ ਚੀਜ਼, ਮੋਰੀ ਆਲਟਾ ਪਾਰਕ 'ਚ ਜਾ ਕੇ ਇਹਨੇ ਮੇਰੀਆਂ ਕਹਾਣੀਆਂ ਸੁਣਦਾ, ਜਿਹੜੀਆਂ ਅਪਰੂਵ ਕਰ ਦਿੰਦਾ ਤੁਸੀਂ ਸੁਣ ਲੈਂਦੇ। ਅਗਰ ਜਿਤਨ ਪਟੇਲ ਇੰਡੀਆ 'ਚ ਤੂੰ ਸੁਣ ਰਿਹਾ ਤੇ ਤੈਨੂੰ ਪੰਜਾਬੀ ਸਮਝ ਵੀ ਆ ਰਹੀ ਹੈ, ਉਹਨੇ ਕਲਾਈਮੈਕਸ ਉਹਨੇ ਚੇਂਜ ਕਰਾਇਆ, ਕਹਿੰਦਾ ਨਹੀਂ ਯਾਰ ਡਾਰਕ ਨਾ ਰੱਖ ਇਹਨੂੰ, ਇਹਦੇ 'ਚ ਆਸ ਉਮੀਦ ਪਾ। ਤੂੰ ਤੇ ਮੈਂ ਕਦੀ ਵੀ ਅਸੀਂ ਕਿਸੇ ਐਸੇ ਕੰਮ ਤੇ ਡਾਰਕ ਪਲੇਸ ਨਹੀਂ ਰੁਕਦੇ, ਅੱਗੇ ਲੰਘ ਜਾਂਦੇ ਹਾਂ। ਸੋ ਆਈ ਕੇਮ ਹੋਮ ਐਂਡ ਓਵਰ ਨਾਈਟ ਆਈ ਥੋਟ ਅਬਾਊਟ ਬ੍ਰਿੰਗਿੰਗ ਅਨਾਹਤ ਇਨ ਟੂ ਦ ਪਿਕਚਰ। ਸੋ ਥੈਂਕ ਯੂ ਵੈਰੀ ਮੱਚ ਜਿੱਥੇ ਵੀ ਆਇਆ ਜਿਤਨ ਇੰਡੀਆ। ਅਤੇ ਕਿਤਾਬ ਜਿਹੜੀ ਹੈਗੀ ਹੈ ਉਹ ਇੱਕ ਪਾਸਿਓਂ, ਅੱਛਾ ਮੈਂ ਇੱਕ ਹੋਰ ਬੰਦਾ ਨਾਂ ਲੈਣਾ ਚਾਹ ਰਿਹਾ, ਨਾਜ਼ ਅਕਾਡਮੀ ਸਾਹਿਬ ਅਗਰ ਲਾਹੌਰ 'ਚ ਸੁਣ ਰਹੇ ਹੋ ਤੁਸੀਂ, ਤੇ ਹੀ ਹੈਜ਼ ਬੀਨ ਮਾਈ ਰਾਈਟ ਹੈਂਡ। ਕਿਤਾਬ ਮੈਂ ਬੋਲ ਕੇ ਲਿਖਦਾ, ਉਹ ਕਿਸੇ ਕੋਲੋਂ ਲਿਖਵਾਉਂਦੇ ਨੇ, ਜਿਹੜੇ ਪਿੱਛੇ ਤੁਸੀਂ ਸਕਰੀਨ ਦੇ ਉੱਤੇ ਸਾਰੇ ਸਕਰੀਨ ਪੈਨਸਲ ਸਕੈਚ ਦੇਖੇ, ਕਿਤਾਬ 'ਚ ਜਿਹੜੇ ਸਕੈਚ ਨੇ, ਕਿਤਾਬ ਨੂੰ ਜਿਹੜਾ ਲਿਖਿਆ ਗਿਆ, ਅਸ਼ਾਤ ਹੋਈ ਹੈ, ਟਾਈਟਲ ਬਣੇ ਨੇ, ਇਹ ਸਾਰਾ ਕੰਮ ਮੇਰਾ ਦੋਸਤ ਨਾਜ਼ ਅਕਾਡਮੀ ਜਿਹੜਾ ਹੈਗਾ ਭੱਜ ਨੱਸ ਕੇ ਕਰਦਾ ਹੈ। ਔਰ ਕੈਨੇਡਾ 'ਚ ਤੱਕ ਜਿਹੜੇ ਪ੍ਰੋਫੈਸਰ ਵਾਸਫ ਸਾਹਿਬ ਅਤੇ ਆਸ਼ਿਕ ਰਹੀਮ ਸਾਹਿਬ, ਉਹਨਾਂ ਨੇ ਸਾਰਿਆਂ ਨੇ ਤਨਕੀਦ ਕੀਤੀ ਉਹਦੇ 'ਤੇ, ਆਈ ਐਮ ਰੀਅਲੀ ਥੈਂਕਫੁਲ ਐਂਡ ਐਪਰੀਸ਼ੀਏਟਿਵ ਆਫ ਦੇਅਰ ਐਫਰਟ। ਅਤੇ ਇਹ ਕੰਮ ਦੇ ਵਿੱਚ ਬਹੁਤ ਬੰਦੇ ਇਨਵੋਲਵ ਨੇ, ਅਤੇ ਕਿਤਾਬ ਹੁਣ ਤੁਹਾਡੇ ਹੱਥਾਂ 'ਚ ਆਉਣ ਨੂੰ ਤਿਆਰ ਹੈ। $50 ਦੀ ਕੀਮਤ ਰੱਖੀ ਉਹਦੀ, ਬਾਕੀ ਅੱਗੇ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਉਹਦੇ ਕੀ ਮੁੱਲ ਲਾਉਂਦੇ ਹੋ, ਸਹੀ ਹੈ। ਅਤੇ 30 ਕਿਤਾਬਾਂ ਟੋਟਲ ਨੇ ਲੈਣੀਆਂ, ਅਤੇ ਮੇਰੇ ਸਾਈਨ ਅਤੇ ਮੇਰੇ ਯਾਰ ਦੇ ਸਾਈਨ, ਅਸੀਂ ਦੋਨੋਂ ਸਾਈਨ ਕਰਾਂਗੇ, ਨਿਸ਼ਾਂਤ ਤਿਵਾੜੀ ਅਤੇ ਮੈਂ, ਅਤੇ ਕਿਤਾਬ ਤੁਹਾਡੀ, ਅਤੇ ਜੇ ਕੁਛ ਖਾਣਾ ਬਚ ਗਿਆ ਬਾਹਰ ਹਲੇ ਤਾਂ ਉਹ ਵੀ ਖਾਈਏ, ਅਤੇ ਬਾਹਰ ਜਾ ਕੇ ਗੱਪਾਂ ਸ਼ੱਪਾਂ ਮਾਰਦੇ ਹਾਂ। ਅਤੇ ਸਾਰੇ ਸਰਟੀਫਿਕੇਟ ਨੇ, ਮੈਂ ਪਤਾ ਨਹੀਂ ਕਿੱਥੇ ਰੱਖ ਬੈਠਾ, ਉਹ ਮਿੰਟੂ
ਬੀਬਾ ਬੰਦਾ ਲੇਕਿਨ ਜ਼ਾਲਮ ਕਰਦਾਰ ਕੀਤਾ ਜਿਵੇਂ ਮੇਰਾ ਯਾਰ ਅਸ਼ਰਫ ਖਾਨ ਮੈਂ ਤੈਨੂੰ ਸੱਚੀ ਮੁੱਚੀ ਥੋੜੀ ਮਾਰ ਦਿੱਤਾ ਲੋ ਜੀ ਸਰੂਪ ਸਿੰਘ ਜੌਹਲ ਸਾਹਿਬ ਬੱਕੀ ਸਾਹਿਬ ਦੁਆਰਾ ਪੇਸ਼ ਕਰਨ ਵਾਲੇ ਵੱਡੇ ਭਰਾ ਹਨ ਲਬੀਰ ਅਹਿਮਦ ਜ਼ੀਸ਼ਾਨ ਅਸਲਮ ਹੈਸ ਬੀਨ ਜੁਆਇੰਡ ਦ ਸੀਨ ਵਰਕਿੰਗ ਔਨ ਓਵਰ ਦੇਅਰ ਓਵਰ ਹੇਅਰ ਅਦੀਲ ਸਾਦਿਕ ਭਾਜੀ ਹਾਂ ਜੀ ਸੁਮੀਤ ਕੌਰ ਚਹਿਲੀ ਮਾਲੀ ਜੌਹਰ ਮਾਤਾ ਥੈਂਕ ਯੂ ਆਸ਼ਿਰ ਭਾਜੀ ਥੈਂਕ ਯੂ ਸੋ ਮਚ ਆਈ ਨੋ ਇਟ ਵਾਜ਼ਨਟ ਇਨ ਯੋਰ ਬੁੱਕ ਮਾਈ ਪਾਰਟ ਬੰਜਾਰਨ Thank you so much for including me in this play. Thank you, thank you, thank you, thank you, thank you so much. I have Molly Pandira Kardar specially added to the book. What did you say to your friend? What did you say to your friend? When you were looking at it, you were looking at it. Thank you very much. Well, we had a good producer. ਤੇ ਮੈਂ ਇੱਕ ਲਾਸਟ ਜਿਹੜਾ ਆਵਾ ਹੈ ਸਰਟੀਫਿਕੇਟ ਉਹ ਮੈਂ ਚਾਹੁੰਦਾ ਕਿ ਬਸ਼ੀ ਭਾਅ ਜੀ ਅਤੇ ਆਪਣੇ ਮਿੰਡੂ ਭਾਅ ਜੀ ਅਤੇ ਸਰੂਪ ਜੀ ਅਤੇ ਆਪਣਾ ਨਵੀਦ ਸਾਰੇ ਆ ਜਾਓ ਉਹ ਇਕੱਠੇ ਹੋ ਕੇ ਦਿਓ ਉਹਨੂੰ ਸਹੀ ਹੈ ਅੱਗੇ ਆਓ ਸਾਰੇ ਪ੍ਰੈਜੈਂਟਰ ਅਦੀਲ ਤੂੰ ਵੀ ਆ ਇਹਤਸ਼ਾਮ ਤੂੰ ਵੀ ਆ ਸਾਰੇ ਅਸੀਂ ਘਰ ਦੇ ਵੱਡੇ ਹੈਗੇ ਸਾਰੇ ਅਤੇ ਸਾਡੇ ਘਰ ਦੀ ਜਿਹੜੀ ਆਸ ਹੈਗੀ ਹੈ ਸਾਡੀ ਉਮੀਦ ਹੈ ਫਿਊਚਰ ਦਾ ਹੋਪ ਹੈ ਉਹਨੂੰ ਇੱਕ ਐਬਸਟ੍ਰੈਕਟ ਦੀ ਸੂਰਜ ਪੇਸ਼ ਕੀਤਾ ਅਨਾਹਤ ਤਿਵਾੜੀ ਮਿੱਠੀ 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 ਹੈ ਤੇ ਹੁਣ ਜੇ ਖਾਣਾ ਹੈ ਤੇ ਉਹਨੂੰ ਖਾਓ ਤੇ ਕਸ਼ਮੁਕਸ਼ ਖਾਓ